ਦੇਸ ਤੋਂ ਦੇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਅੱਜ ਦੇ ਸਾਡੇ ਟੌਪਿਕ ਰਹਿਣਗੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਵਿਦਆਊਟ ਆਇਲਸ ਕੰਟਰੀ ਸਿੰਗਾਪੁਰ ਅਤੇ ਸਾਈਪ੍ਰਸ ਨੂੰ ਲੈ ਕੇ। ਜੋ ਸਾਡਾ ਖਾਸ ਮੁੱਦਾ ਅੱਜ ਦਾ ਰਹੇਗਾ ਉਹ ਨੇ ਸਕਸੈਸ ਫੈਕਟਰ, ਜੋ ਕਿ ਆਸਟ੍ਰੇਲੀਆ ਦੇ ਕਿ ਆਸਟ੍ਰੇਲੀਆ ਵਿੱਚ ਕਿਸ ਤਰ੍ਹਾਂ ਆਪਣੀ ਪ੍ਰੋਫਾਈਲ ਨੂੰ ਪੋਜ਼ਿਟਿਵ ਬਣਾਇਆ ਜਾ ਸਕੇ ਅਤੇ 100% ਜੋ ਕਿ ਵੀਜ਼ਾ ਸਕਸੈਸ ਦਾ ਜੋ ਕਿ 100% ਦੀ ਇੱਕ ਸ਼ੋਰਿਟੀ ਹੈ ਉਸਨੂੰ ਕਿਸ ਤਰ੍ਹਾਂ ਬਣਾਏ ਰੱਖਿਆ ਜਾਵੇ। ਸੋ ਐਕਸਪਰਟ ਜੋ ਸਾਡੇ ਸਟੱਡੀ ਵਰਲਡ ਤੋਂ ਨੇ ਅੱਜ ਸਾਡੇ ਨਾਲ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਮਨੀਸ਼ ਜੀ ਅਤੇ ਨਿਤਿਨ ਜੀ ਸਵਾਗਤ ਜੀ। ਮਨੀਸ਼ ਜੀ, ਸਭ ਤੋਂ ਪਹਿਲਾਂ ਤੁਹਾਡੇ ਵੱਲ ਆਵਾਂਗਾ। ਆਸਟ੍ਰੇਲੀਆ, ਆਸਟ੍ਰੇਲੀਆ ਦੇ ਸਕਸੈਸ ਫੈਕਟਰ ਦੀ ਜੇ ਗੱਲ ਕਰੀਏ, ਸਟੂਡੈਂਟ ਵੱਲੋਂ ਅਕਸਰ ਪੁੱਛਿਆ ਜਾਂਦਾ ਕਿਹੜੇ ਸਕਸੈਸ ਫੈਕਟਰ ਨੇ ਆਸਟ੍ਰੇਲੀਆ 'ਚ। ਮੇਨ ਜਿਹੜੇ ਸਕਸੈਸ ਫੈਕਟਰ ਦੀ ਅੱਜ ਦੀ ਡੇਟ ਵਿੱਚ ਜਿਹੜਾ ਚੀਜ਼ ਧਿਆਨ ਦੇਣ ਵਾਲੀ ਹੈਗੀ ਹੈ ਵੀ ਇੱਕ ਤਾਂ ਬੈਂਡ ਵਧੀਆ ਹੋਣ ਬੱਚੇ ਦੇ, ਅਗਰ 5.5 ਬੈਂਡ ਹੋਣ, 5 ਤੋਂ ਘੱਟ ਨਹੀਂ, ਅਤੇ ਇੱਕ ਵੀ ਗੈਪ ਨਾ ਹੋਵੇ ਬੱਚੇ ਦਾ ਵੀ 2014 ਦੇ ਵਿੱਚ ਅਗਰ ਪਾਸ ਆਊਟ ਹੈਗਾ ਬੱਚਾ ਤਾਂ ਲਾਈਕ ਇਹ ਦੋ ਚੀਜ਼ਾਂ ਆ ਜਾਂਦੀਆਂ। ਫਿਰ ਇਸ ਤੋਂ ਇਲਾਵਾ ਅਗਰ ਬੱਚੇ ਨੇ ਅਗਰ ਆਰਟਸ ਤੋਂ ਇਲਾਵਾ ਜਿਵੇਂ ਕਾਮਰਸ, ਨੋਨ ਮੈਡੀਕਲ 'ਚ ਪੜ੍ਹਾਈ ਕੀਤੀ ਹੈ, ਮੈਡੀਕਲ 'ਚ ਕੀਤੀ ਹੈ ਅਤੇ ਰੈਲੇਵੈਂਟ ਕੋਰਸ 'ਚ ਜਾ ਰਹੇ, ਇਹ ਵੀ ਇੱਕ ਸਕਸੈਸ ਫੈਕਟਰ ਜਿਹਨੂੰ ਕਹਿੰਦੇ ਵਧਾਉਣ ਦੇ ਨਾਲ ਹੈਲਪ ਕਰਦੇ ਨੇ ਜੀ। ਇੱਕ ਹੋਰ ਗੱਲ ਜਿਹੜੀ ਸੁਣਨ ਨੂੰ ਆਉਂਦੀ ਕਿ ਪ੍ਰੋਫਾਈਲ ਬੱਚੇ ਦੀ ਵਧੀਆ ਹੋਣੀ ਚਾਹੀਦੀ ਜਾਂ ਸਟਰੋਂਗ ਹੋਣੀ ਚਾਹੀਦੀ ਹੈ, ਤੁਸੀਂ ਕੀ ਮੰਨਦੇ ਹੋ ਕਿਹੜੀ ਪ੍ਰੋਫਾਈਲ ਸਟਰੋਂਗ ਹੁੰਦੀ ਹੈ? ਦੇਖੋ, ਪ੍ਰੋਫਾਈਲ ਆਪਾਂ ਜਿਵੇਂ ਗੱਲ ਕਰੀਏ ਵੀ ਅਗਰ ਬੱਚੇ ਦੇ ਕੋਲ ਪਲੱਸ ਟੂ ਕੀਤੀ ਹੈ, 5.5 ਬੈਂਡ ਹੈ, 5 ਤੋਂ ਘੱਟ ਨਹੀਂ, 2014 ਦਾ ਪਾਸ ਆਊਟ ਹੈ, 60% ਤੋਂ ਵੱਧ ਨੰਬਰ ਹੈਗੇ ਨੇ, ਐਸੇ ਬੱਚੇ ਦੀ ਐਡਮਿਸ਼ਨ ਆਪਾਂ ਕੋਈ ਵੀ ਸਿਟੀ 'ਚ ਕਹੀਏ, ਆਪਾਂ ਸਿਡਨੀ, ਮੈਲਬਰਨ, ਬ੍ਰਿਸਬੇਨ, ਗੋਲਡ ਕੋਸਟ, ਐਡੀਲੇਡ, ਪਰਥ, ਜਿੱਥੇ ਮਰਜ਼ੀ ਬੱਚਾ ਜਾਣਾ ਚਾਹੇ ਅਵੇਲੇਬਲ ਹੈਗੀ ਹੈ, ਜੁਲਾਈ ਇਨਟੇਕ ਅਵੇਲੇਬਲ ਹੈਗਾ, ਮੈਕਸੀਮ ਇੱਕ ਮਹੀਨੇ ਦੇ ਵਿੱਚ ਐਸੇ ਬੱਚੇ ਨੂੰ ਐਡਮਿਸ਼ਨ ਮਿਲ ਸਕਦੀ ਹੈ ਆਰਾਮ ਨਾਲ ਵੀ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਗ੍ਰੈਜੂਏਟਸ ਦੀ, ਗ੍ਰੈਜੂਏਟਸ ਜਿਹੜੇ 6 ਬੈਂਡ ਹੈਗੇ ਨੇ ਅਤੇ 5.5 ਤੋਂ ਘੱਟ ਨਹੀਂ ਹੈਗੇ ਅਤੇ ਗ੍ਰੈਜੂਏਸ਼ਨ 13 ਜਾਂ 14 ਦੀ ਹੈਗੀ ਹੈ, ਐਸੇ ਬੱਚਿਆਂ ਨੂੰ ਵੀ ਐਡਮਿਸ਼ਨ ਦੇ ਜ਼ਿਆਦਾਤਰ ਲਾਈਕ ਲੋਕੇਸ਼ਨਸ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਹਾਂ, ਅਗਰ ਬੱਚੇ ਦੇ 5.5 ਬੈਂਡ ਹੈ, 5 ਤੋਂ ਘੱਟ ਨਹੀਂ ਹੈਗੇ ਅਤੇ ਗ੍ਰੈਜੂਏਸ਼ਨ ਕੀਤੀ ਹੈਗੀ ਹੈ, 2013 ਜਾਂ 14 ਦਾ ਪਾਸ ਆਊਟ ਹੈ, ਐਸੇ ਬੱਚਿਆਂ ਨੂੰ ਕੁਛ ਲਾਈਕ ਲੋਕੇਸ਼ਨ 'ਚ ਐਡਮਿਸ਼ਨ ਮਿਲ ਪਾਉਂਦੀ ਹੈ ਅਤੇ ਥੋੜ੍ਹਾ ਜਿਹਾ ਦਿੱਕਤ ਆਉਂਦੀ ਹੈਗੀ ਹੈ। ਬਾਕੀਆਂ ਨੂੰ ਲਾਈਕ ਅਗਰ ਪ੍ਰੋਫਾਈਲ 2014 ਦੀ ਹੈਗੀ ਹੈ, ਬੈਂਡ ਅੱਛੇ ਨੇ, ਕੋਈ ਪ੍ਰੋਬਲਮ ਨਹੀਂ, ਵੀਜ਼ਾ ਆਰਾਮ ਨਾਲ ਦਿੱਤਾ ਜਾ ਰਿਹਾ, ਐਮਬੈਸੀ ਦਾ ਵਿਦਆਊਟ ਇੰਟਰਵਿਊ ਵੀ ਵੀਜ਼ਾ ਦੇ ਰਹੀ ਹੈ ਅਤੇ ਕੋਈ ਦਿੱਕਤ ਨਹੀਂ ਆ ਰਹੀ ਕਿਸੇ ਗੱਲ ਦੀ। ਸਟੱਡੀ ਗੈਪ ਜੇਕਰ ਦੇਖਿਆ ਜਾਵੇ, ਬੱਚਾ ਆਇਲਸ ਕਰਨ ਲੱਗ ਗਿਆ ਜਾਂ ਫਿਰ ਪਲੱਸ ਟੂ ਜਾਂ ਗ੍ਰੈਜੂਏਸ਼ਨ ਤੋਂ ਬਾਅਦ 1 ਜਾਂ 2 ਸਾਲ ਦਾ ਗੈਪ, ਕਿਸ ਤਰ੍ਹਾਂ ਦਾ ਗੈਪ ਐਕਸੈਪਟ ਕੀਤਾ ਜਾਂਦਾ? ਦੇਖੋ, ਗੈਪ ਅਗਰ 2013 'ਚ ਪਾਸ ਆਊਟ ਹੈ ਬੱਚੇ ਨੇ, ਉਸ ਤੋਂ ਬਾਅਦ ਫਸਟ ਈਅਰ ਕੀਤਾ ਜਾਂ ਕੋਈ ਵੀ ਪੜ੍ਹਾਈ ਕੀਤੀ ਹੈ ਵਿੱਚ ਵਿਸ਼ੇ ਬੱਚੇ ਨੇ ਅਧੂਰੀ ਛੱਡਤੀ ਤਾਂ ਵੀ ਅਸੈਪਟੇਬਲ ਹੈਗਾ। ਇਸ ਤੋਂ ਇਲਾਵਾ ਅਗਰ 2013 'ਚ ਅਗਰ ਗ੍ਰੈਜੂਏਸ਼ਨ ਕੀਤੀ ਹੈ ਜਾਂ ਪਲੱਸ ਟੂ ਕੀਤੀ, ਅਗਰ ਕੋਈ ਜੈਨੂਅਨ ਵਰਕ ਐਕਸਪੀਰੀਅੰਸ ਹੈਗਾ ਵੀ ਕੋਈ ਲਾਈਕ ਵੀ ਜਿਹਦੇ ਵਿੱਚ ਵੀ ਅਕਾਊਂਟ 'ਚ ਬੱਚੇ ਦੀ ਸੈਲਰੀ ਜਾ ਰਹੀ ਹੈਗੀ ਹੈ ਅਤੇ ਸੈਲਰੀ ਸਲਿਪਸ ਹੈਗੀਆਂ ਵੀ ਵਧੀਆ, ਕਿਸੇ ਕੰਪਨੀ 'ਚ ਕੰਮ ਕੀਤਾ ਵੀ ਬਜਾਏ ਕਿ ਬੱਚਾ ਕਹਿੰਦਾ ਜੀ ਮੈਂ ਤਾਂ ਵੀ ਆਸ ਪੜੋਸ 'ਚ ਕਿਤੇ ਕੰਮ ਕੀਤਾ ਸੀ ਜਾਂ ਫਾਦਰ ਕੋਲ ਕੰਮ ਕੀਤਾ ਸੀਗਾ, ਵੀ ਅਗਰ ਬੱਚੇ ਕੋਲ ਵੀ 2013 ਤੋਂ ਜਾਂ 14 ਦਾ ਪਾਸ ਆਊਟ ਹੈਗਾ, ਵਰਕ ਐਕਸਪੀਰੀਅੰਸ ਜੈਨੂਅਨ ਹੈਗਾ, ਅਸੈਪਟੇਬਲ ਹੈਗਾ, ਅਗਰ ਅਸੈਪਟੇਬਲ ਤਦ ਨਹੀਂ ਹੋਏਗਾ ਵੀ ਜਦ ਬੱਚਾ ਕਹੇਗਾ ਜੀ ਬਣਵਾ ਕੇ ਦੇ ਰਿਹਾ ਬੱਚਾ ਜਾਂ ਕਿਤੋਂ ਕੰਪਿਊਟਰ ਸਰਟੀਫਿਕੇਟ ਦੇ ਰਿਹਾ ਗੈਪਸ 'ਤੇ ਜਾਂ ਫਿਰ ਲਾਈਕ ਵੀ ਹੋਰ ਵੀ ਜਿਵੇਂ ਫਾਦਰ ਨਾਲ ਦਿਖਾ ਰਿਹਾ ਵੀ ਮੈਂ ਬਿਜ਼ਨਸ ਕਰਦਾ ਸੀਗਾ ਜਾਂ ਜਿਵੇਂ 2012 ਦਾ ਪਾਸ ਆਊਟ ਹੈਗਾ ਬੱਚਾ, ਐਸੇ ਚੀਜ਼ਾਂ 'ਚ ਪ੍ਰੋਬਲਮ ਆ ਰਹੀ ਹੈ ਵੀ ਕਾਲਜ ਇੰਟਰਵਿਊ ਲਾਈਕ ਲੈ ਵੀ ਰਹੇ ਨੇ ਅਤੇ ਲਾਈਕ ਐਡਮਿਸ਼ਨਸ ਨਹੀਂ ਆ ਪਾ ਰਹੀਆਂ ਬੱਚੇ ਦੀਆਂ ਅਤੇ ਐਮਬੈਸੀ 'ਚ ਵੀ ਦਿੱਕਤ ਆ ਰਹੀ ਹੈ ਇਸ ਬੱਚਿਆਂ ਨੂੰ। ਜੀ ਮਨੀਸ਼, ਕਈ ਵਾਰ ਦੇਖਣ ਨੂੰ ਮਿਲਦਾ ਕਿ ਸਟੂਡੈਂਟ ਅਪਲਾਈ ਕਰਦਾ ਤਾਂ ਵੀਜ਼ਾ ਜਲਦੀ ਆ ਜਾਂਦਾ ਪਰ ਕੁਝ ਸਟੂਡੈਂਟ ਦਾ ਵੀਜ਼ਾ ਡਿਲੇ ਹੋ ਜਾਂਦਾ, ਸੋ ਕਾਫੀ ਟਾਈਮ ਲੱਗ ਜਾਂਦਾ। ਵੀਜ਼ਾ ਪ੍ਰੋਸੈਸਿੰਗ ਫੈਕਟਰ ਕੀ ਨੇ ਜਿਹੜੇ ਪ੍ਰੋਸੈਸਿੰਗ ਦੇ ਟਾਈਮ ਦੇ ਉੱਪਰ ਇਫੈਕਟ ਪਾਉਂਦੇ ਨੇ? ਉਹ ਇਸ ਟਾਈਮ ਜਿਹੜੀ ਐਮਬੈਸੀਆਂ 'ਚ ਫਾਈਲਾਂ ਲੱਗੀਆਂ ਹੋਈਆਂ ਜਿਹੜੀਆਂ ਜਨਵਰੀ ਫਰਵਰੀ 'ਚ ਲੱਗੀਆਂ ਹੋਈਆਂ ਉਹਨਾਂ ਵਿੱਚ ਟਾਈਮ ਲੱਗ ਰਿਹਾ, ਜਿਹੜੀਆਂ ਅਪ੍ਰੈਲ ਦੀਆਂ ਫਾਈਲਾਂ ਹੈਗੀਆਂ ਅਪ੍ਰੈਲ ਦੇ ਮਹੀਨੇ 'ਚ ਲੱਗੀਆਂ ਉਹ ਜਲਦੀਆਂ ਹੋ ਰਹੀਆਂ ਪ੍ਰੋਸੈਸ ਵੀ। ਇਸ ਟਾਈਮ ਇਹ ਪ੍ਰੋਸੈਸ ਹੈਗਾ ਵੀ ਜੇ ਤਾਂ ਬੱਚੇ ਦੇ 2014 ਦਾ ਜਿਹੜਾ ਪਾਸ ਆਊਟ ਬੱਚਾ ਹੈਗਾ 5.5 ਹੈ, 5 ਤੋਂ ਘੱਟ ਨਹੀਂ, ਪਲੱਸ ਟੂ 2014 ਦੀ ਹੈ, ਗ੍ਰੈਜੂਏਸ਼ਨ 2014 ਦੀ ਹੈ, 6 ਬੈਂਡ ਹੈਗੇ, 5.5 ਤੋਂ ਘੱਟ ਨਹੀਂ, ਐਸੀ ਪ੍ਰੋਫਾਈਲ ਤਾਂ ਲਾਈਕ ਪੋਜ਼ਿਟਿਵ ਪ੍ਰੋਫਾਈਲ ਇੱਕ ਤਰ੍ਹਾਂ ਦੀ ਮੰਨੀ ਜਾ ਰਹੀ ਹੈ ਅਤੇ ਐਸੇ ਬੱਚਿਆਂ 'ਤੇ ਜ਼ਿਆਦਾਤਰ ਬਿਨਾਂ ਇੰਟਰਵਿਊ ਦੇ ਵੀ ਬੱਚਿਆਂ ਦੇ ਵੀਜ਼ੇ ਗ੍ਰਾਂਟ ਹੋ ਰਹੇ ਨੇ। ਬਟ ਅਗਰ ਜੇ ਫਾਈਲ ਜ਼ਿਆਦਾ ਸਟਰੋਂਗ ਹੈ ਉਸਨੂੰ ਮੰਨਿਆ ਜਾ ਸਕਦਾ ਹੈ ਕਿ ਉਸਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਘੱਟ ਹੋਏਗਾ? ਨਹੀਂ, ਬਿਲਕੁਲ ਇਹ ਗੱਲ ਹੈਗੀ ਹੈ ਵੀ ਅਗਰ 14 ਦਾ ਪਾਸ ਆਊਟ ਹੈਗਾ ਲਾਈਕ ਬੈਂਡ ਬੱਚੇ ਦੇ ਅੱਛੇ ਹੈਗੇ ਨੇ ਤਾਂ ਕਾਲਜਿਸ ਐਸੇ ਬੱਚਿਆਂ ਨੂੰ ਸਾਰੇ ਕਾਲਜ ਸਾਰੀ ਯੂਨੀਵਰਸਿਟੀਜ਼ ਇਹਨੂੰ ਤਿਆਰ ਬੈਠੀਆਂ ਵੀ ਉਹ ਦੇ ਆਰ ਅਸੈਪਟਿੰਗ ਦੈਨ। ਬਟ ਅਗਰ ਬੱਚੇ ਦੇ ਬੈਂਡ ਘੱਟ ਨੇ ਜਾਂ ਫਿਰ ਮਾਰਕਸ ਘੱਟ ਨੇ ਬੱਚੇ ਦੇ ਜਾਂ ਫਿਰ ਗੈਪ ਹੈਗਾ ਅਤੇ ਐਸੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਵੀ ਕਾਫੀ ਕੁਛ ਹੀ ਯੂਨੀਵਰਸਿਟੀਜ਼ ਕਾਲਜਿਸ ਹੈਗੇ ਜਿਹੜੇ ਅਸੈਪਟ ਕਰ ਰਹੇ ਨੇ ਵੀ ਬਾਕੀਆਂ 'ਚ ਬੱਚਿਆਂ ਨੂੰ ਕਈਆਂ ਨੂੰ ਤਾਂ 4-4, 5-5 ਮਹੀਨੇ ਵੀ ਲੱਗ ਜਾਂਦੇ ਨੇ ਐਡਮਿਸ਼ਨ 'ਚ ਦਿੱਕਤ ਆਉਂਦੀ ਰਹਿੰਦੀ ਹੈ ਲਾਈਕ ਇੱਕ ਬੱਚੇ ਦੀ ਐਡਮਿਸ਼ਨ ਆ ਜਾਂਦੀ ਹੈ ਫਿਰ ਬਾਅਦ 'ਚੋਂ ਕੈਂਸਲ ਕਰ ਦਿੱਤੀ ਜਾਂਦੀ ਹੈ ਕਾਲਜ ਦੀ ਤਰਫੋਂ ਅਤੇ ਐਸੇ ਬੱਚਿਆਂ ਨੂੰ ਮੇਰੀ ਇਹੀ ਐਡਵਾਈਸ ਹੈ ਵੀ ਅਗਰ ਤੁਹਾਡੇ ਬੈਂਡ ਘੱਟ ਨੇ ਜਾਂ ਕਿ ਜਿਵੇਂ 5.5 ਹੈ ਕਿਸੇ 4.5 ਹੈ ਜਾਂ 5 ਬੈਂਡ ਹੈ ਵੀ ਇੱਕ ਐਡਮਿਸ਼ਨ ਅਪਲਾਈ ਕਰ ਦਿਓ ਨਾਲ ਕੋਈ ਤੁਸੀਂ ਜਿਵੇਂ ਆਈਲੈਟਸ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਆਈਲੈਟਸ 'ਚ ਬੈਂਡ ਤੁਹਾਡੇ ਘੱਟ ਨੇ ਤਾਂ ਪੀਅਰਸਨ ਦਾ ਟੈਸਟ ਕਰ ਦਿਓ। ਹੁਣ ਪੀਅਰਸਨ ਦੇ ਟੈਸਟ ਦੀ ਗੱਲ ਕਰੀ ਵੀ ਅਗਰ 5 ਬੈਂਡ ਹੈਗੇ ਅਗਰ ਆਈਲੈਟਸ 'ਚ ਆ ਰਹੇ ਨੇ
ਤੇ ਉਸ ਤੋਂ ਇਲਾਵਾ ਦੂਸਰੀ ਗੱਲ ਹੈ ਵੀ ਇੰਡੀਵਿਜੁਅਲ ਸਕੋਰ ਦਾ ਚੱਕਰ ਨਹੀਂ ਹੈਗਾ ਪੀਅਰਸਨ ਦਾ ਟੈਸਟ ਦਾ ਮਤਲਬ ਵੀ ਅਗਰ ਬੈਂਡ ਨੰਬਰ ਆ ਗਏ ਉਹ ਇੰਡੀਵਿਜੁਅਲ ਇੰਡੀਵਿਜੁਅਲ ਵੀ ਉਹੀ ਰਹਿਣਗੇ ਤੇ ਓਵਰਆਲ ਵੀ ਉਹੀ ਰਹਿਣਗੇ ਇਹ ਚੱਕਰ ਨਹੀਂ ਹੈਗਾ ਆਈਲੈਟਸ ਮੰਗੂ ਜਿਵੇਂ 5.5 ਓਵਰਆਲ ਦਾ ਬਣ ਗਿਆ ਜੇ ਕਿਤੇ 4.5 ਰਹਿ ਗਏ ਤੇ ਉਹਦੇ ਵਿੱਚ ਹੀ ਬੱਚੇ ਦੀ ਪ੍ਰੋਬਲਮ ਹੋ ਜਾਂਦੀ ਹੈ ਵੀ ਬੱਚੇ ਅਪਲਾਈ ਕਰਨ ਐਡਮਿਸ਼ਨ ਪ੍ਰੋਸੈਸ 'ਚ ਜਾਈ ਜਾਂ ਨਾ ਲੱਭਦਾ ਲਾਈਕ ਪੀਅਰਸਨ ਦਾ ਟੈਸਟ ਦੇ ਦੇਣ ਤੇ ਉਹ ਬਹੁਤ ਵਧੀਆ ਰਹਿੰਦਾ ਬੱਚਿਆਂ ਦੀ ਇਸ ਤੋਂ ਬਾਅਦ ਇੱਕ ਅਗਲਾ ਸਵਾਲ ਜੋ ਕਿ ਇੰਟਰਵਿਊ ਨੂੰ ਲੈ ਕੇ ਇੰਟਰਵਿਊ ਤੋਂ ਕਾਫੀ ਸਟੂਡੈਂਟ ਡਰਦੇ ਵੀ ਨੇ ਕਿ ਇੰਟਰਵਿਊ ਨਾ ਆ ਜਾਵੇ ਸੋ ਇੰਟਰਵਿਊ ਕਈ ਵਾਰ ਰਿਜੈਕਸ਼ਨ ਦਾ ਕਾਰਨ ਵੀ ਬਣ ਜਾਂਦੀ ਹੈ ਸੋ ਕਿਹੜੀਆਂ ਗੱਲਾਂ ਜਾਂ ਫੈਕਟਰ ਨੇ ਕਿ ਇੰਟਰਵਿਊ ਨਾ ਆਵੇ ਬੱਚੇ ਦੀ ਦੇਖੋ ਇੰਟਰਵਿਊ ਅਗਰ ਤੁਸੀਂ ਨਹੀਂ ਚਾਹੁੰਦੇ ਵੀ ਨਾ ਆਵੇ ਤਾਂ ਇੱਕ ਤਾਂ ਕੋਰਸ ਰੈਲੇਵੈਂਟ ਰੱਖੋ ਬਿਲਕੁਲ ਰੈਲੇਵੈਂਟ ਰੱਖੋ ਬੈਂਡ 5.5 ਬੈਂਡ ਰੱਖੋ ਘੱਟੋ ਘੱਟ ਅਤੇ ਗੈਪ ਜਿਹੜਾ ਹੈਗਾ ਵੀ ਉਹ ਤੁਹਾਡੇ ਕੋਲ ਜਾਂ ਤਾਂ 2014 ਦੇ ਪਾਸ ਆਊਟ ਜਾਂ ਤੁਹਾਡਾ ਕੋਈ ਲਾਈਕ ਵੀ ਤੁਹਾਡੇ ਕੋਲ ਜਿਵੇਂ ਵਰਕ ਐਕਸਪੀਰੀਅੰਸ ਅਗਰ ਕੋਈ ਜੈਨੂਅਨ ਹੋਏ ਜਾਂ ਫਿਰ ਤੁਹਾਡਾ ਵੀ ਜਿਹਨੂੰ ਕਹਿੰਦੇ ਵੀ ਤੁਸੀਂ ਅੱਗੇ ਕੋਈ ਪੜ੍ਹਾਈ ਕੀਤੀ ਹੋਈ ਇੱਕ ਸਾਲ ਵਿੱਚ ਜਿਵੇਂ ਪੜ੍ਹਾਈ ਕਰਕੇ ਛੱਡਤੀ ਹੋਈ ਵਿੱਚ ਦੀ ਜਿਵੇਂ +2 BA ਕੀਤੀ ਹੈ ਤਾਂ ਬੱਚੇ ਨੇ 2013 ਦੀ ਕੀਤੀ ਹੈ 2014 ਵਿੱਚ ਬੱਚੇ ਨੇ ਫਸਟ ਈਅਰ ਕਰ ਲਿਆ ਜਾਂ ਫਿਰ ਫੇਲ ਹੋ ਗਿਆ ਅਤੇ ਉਹ ਚੀਜ਼ ਵੀ ਅਸੈਪਟੇਬਲ ਹੈਗੀ ਹੈ ਵੀ ਅਗਰ ਬੱਚਾ ਕਹਿੰਦਾ ਵੀ ਮੈਨੇ ਕੋਈ ਵਰਕ ਐਕਸਪੀਰੀਅੰਸ ਨਹੀਂ ਹੈਗਾ ਕੋਈ ਗੈਪ ਦੇ ਡਾਕੂਮੈਂਟਸ ਪ੍ਰੋਪਰ ਫਿਲ ਨਹੀਂ ਹੈਗੇ ਜਾਂ ਬੈਂਡ ਘੱਟ ਨਹੀਂ ਜਾਂ ਰੈਲੇਵੈਂਸੀ ਨਹੀਂ ਹੈਗੀ ਜਾਂ ਫਿਰ ਇੱਕ ਯੂਨੀਵਰਸਿਟੀ ਜਾਂ ਕਾਲਜ ਮਾੜਾ ਹੈਗਾ ਵੀ SVP 'ਚ ਤਾਂ ਹੈਗਾ ਬਟ ਮਾੜਾ ਹੈਗਾ ਐਸੇ ਕੇਸ 'ਚ ਇੰਟਰਵਿਊ ਦੇ ਚਾਂਸਿਸ ਬਣ ਜਾਂਦੇ ਨੇ ਬਟ ਅਗਰ ਸਹੀ ਤਰੀਕੇ ਨਾਲ ਫਾਇਦਾ ਗਿਆ ਤਾਂ ਇੰਟਰਵਿਊ ਤੱਕ ਉਹ ਚਾਂਸ ਨਹੀਂ ਮਿਲਦਾ ਕਈ ਵਾਰ ਦੇਖਣ ਨੂੰ ਮਿਲਦਾ ਕਿ ਸਟੂਡੈਂਟ ਵੱਲੋਂ ਕੁਝ ਫੇਕ ਡਾਕੂਮੈਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਜੋ ਕਿ ਇੰਟਰਵਿਊ ਦਾ ਕਾਰਨ ਬਣਦੇ ਨੇ ਉਸ ਤੋਂ ਬਾਅਦ ਰਿਜੈਕਸ਼ਨ ਦਾ ਕਾਰਨ ਵੀ ਕਈ ਵਾਰ ਬਣ ਜਾਂਦੇ ਨੇ ਸੋ ਅਜਿਹੀਆਂ ਗੱਲਾਂ ਦਾ ਵੀ ਖਾਸ ਤੌਰ ਉੱਤੇ ਧਿਆਨ ਰੱਖਣਾ ਚਾਹੀਦਾ ਇਹਦੇ ਵਿੱਚ ਇਹ ਧਿਆਨ ਦੇਣਾ ਦੀ ਜੇ ਕੋਈ ਫੇਕ ਡਾਕੂਮੈਂਟ ਮਿਲ ਗਿਆ ਅੰਬੈਸੀ ਨੂੰ ਜਾਂ ਫਿਰ ਕੋਈ ਗਲਤ ਤੁਸੀਂ ਗਲਤ ਇਨਫੋਰਮੇਸ਼ਨ ਦਿੱਤੀ ਹੈ ਜਾਂ ਕੋਈ ਕਿਸੇ ਵੀ ਤਰੀਕੇ 'ਚ ਕੁਛ ਗਲਤ ਦਿੱਤਾ ਗਿਆ ਐਸੇ ਕੇਸ 'ਚ ਵੀ 3 ਸਾਲ ਦਾ ਵੀ ਬੈਨ ਲੱਗ ਸਕਦਾ ਬੱਚੇ ਛੋਟੀ ਤੋਂ ਛੋਟੀ ਗਲਤ ਇਨਫੋਰਮੇਸ਼ਨ ਵੀ ਕਈ ਵਾਰ ਇੱਕ ਵੱਡਾ ਨਤੀਜਾ ਲੈ ਕੇ ਆਉਂਦੀ ਹੈ ਸੋ ਸਪਾਊਸ ਕੇਸ ਨੂੰ ਲੈ ਕੇ ਅਗਲਾ ਸਵਾਲ ਕੀ ਰਿਕੁਆਇਰਮੈਂਟ ਨੇ ਸਪਾਊਸ ਕੇਸ ਦੇ ਸਪਾਊਸ ਕੇਸ ਦੀ ਜ਼ਿਆਦਾਤਰ ਕਾਲਜਿਸ ਯੂਨੀਵਰਸਿਟੀਜ਼ ਦੀ ਇਹੀ ਰਹਿੰਦੀ ਹੈ ਵੀ ਇੱਕ ਜੈਨੂਇਨ ਮੈਰਿਜ ਹੋਏ ਤੇ ਬਾਕੀ ਲਾਈਕ ਅੰਬੈਸੀ ਦੀ ਤਰਫੋਂ ਆਪਾਂ ਗੱਲ ਕਰੀਏ ਵੀ ਬੱਚਾ ਅਗਰ ਅੰਬੈਸੀ ਨੂੰ ਫੋਨ ਕਰਕੇ ਪੁੱਛੇ ਵੀ ਦੱਸੋ ਜੀ ਪੁਰਾਣੀ ਕਿੰਨੀ ਮੈਰਿਜ ਪੁਰਾਣੀ ਹੋਣੀ ਚਾਹੀਦੀ ਹੈ ਜਾਂ ਫਿਰ ਕਿਆ ਤੁਹਾਨੂੰ ਚਾਹੀਦਾ ਹੈ ਉਹਨਾਂ ਦਾ ਇੱਕੋ ਹੀ ਆਂਸਰ ਮਿਲੇਗਾ ਵੀ ਦ ਮੈਰਿਜ ਸ਼ੁੱਡ ਬੀ ਜੈਨੂਇਨ ਵੀ ਅਸਲੀ ਮੈਰਿਜ ਹੋਣੀ ਚਾਹੀਦੀ ਹੈ ਇੱਕ ਰਿਸ਼ਤਾ ਸਿਰਫ ਆਈਲੈਟਸ ਪੜ੍ਹੀ ਹੈ ਕੁੜੀ ਇਸ ਕਰਕੇ ਨਹੀਂ ਹੋਇਆ ਜਾਂ ਆਈਲੈਟਸ ਪੜ੍ਹਿਆ ਮੁੰਡਾ ਇਸ ਕਰਕੇ ਨਹੀਂ ਵੀ ਬਾਹਰ ਜਾਣ ਦਾ ਜ਼ਰੀਆ ਨਹੀਂ ਹੈਗਾ ਵੀ ਵਿਆਹ ਕਰਨਾ ਇਹ ਜੈਨੂਇਨ ਮੈਰਿਜ ਮੈਰਿਜ ਆਪਸ 'ਚ ਇਕੱਠੇ ਰਹਿਣ ਵਾਸਤੇ ਮੈਰਿਜ ਕੀਤੀ ਹੋਈ ਹੈ ਅਤੇ ਚਲੋ ਬਾਹਰ ਜਾਣ ਦਾ ਪ੍ਰੋਗਰਾਮ ਬਾਅਦ 'ਚੋਂ ਬਣ ਗਿਆ ਚਲੋ ਸਮਝ ਆਉਂਦੀ ਹੈ ਬਟ ਵੀ ਮੈਰਿਜ ਤੁਹਾਡੇ ਵੀ ਤੁਸੀਂ ਹੁਣ ਵੀ ਇਕੱਠੇ ਹੋ ਤਾਂ ਅੱਗੇ ਜਾ ਕੇ ਵੀ ਤੁਸੀਂ ਇਕੱਠੇ ਰਹੋਗੇ ਇਹ ਮੈਰਿਜ ਕਿੰਨੀ ਵੱਧ ਤੋਂ ਵੱਧ ਜਾਂ ਘੱਟ ਤੋਂ ਘੱਟ ਕਿੰਨੀ ਪੁਰਾਣੀ ਹੋਣੀ ਚਾਹੀਦੀ ਦੇਖੋ ਮੈਂ ਤਾਂ ਇਸ ਚੀਜ਼ ਨੂੰ ਬਿਲੀਵ ਨਹੀਂ ਕਰਦਾ ਵੀ ਪੁਰਾਣੀ ਮੈਰਿਜ ਦਾ ਕੋਈ ਚੱਕਰ ਹੋਣਾ ਚਾਹੀਦਾ ਵੀ 2-3 ਮਹੀਨੇ ਪੁਰਾਣੀ ਮੈਰਿਜ ਹੈਗੀ ਹੈ ਤਾਂ ਅੱਛੀ ਗੱਲ ਹੈ ਬਟ ਮੈਂ ਇੱਕ ਚੀਜ਼ ਦਾ ਜ਼ਰੂਰ ਧਿਆਨ ਦਿੰਦਾ ਵੀ ਮੈਰਿਜ ਜਿਹੜੀ ਹੈਗੀ ਹੈ ਅਗਰ ਵੀ ਬੱਚੇ ਨੇ ਆਈਲੈਟਸ ਕਰਨ ਤੋਂ ਪਹਿਲਾਂ ਜਾਂ ਪੀਅਰਸਨ ਕਰਨ ਤੋਂ ਪਹਿਲਾਂ ਦੀ ਅਗਰ ਮੈਰਿਜ ਹੈ ਤਾਂ ਉਹ ਜ਼ਿਆਦਾ ਬੈਟਰ ਰਹਿੰਦੀ ਹੈ ਵੀ ਵਰਨਾ ਥੋੜ੍ਹਾ ਜਿਹਾ ਅੰਬੈਸੀ ਦਿਮਾਗ 'ਚ ਇਹ ਆਉਂਦਾ ਵੀ ਆਈਲੈਟਸ ਕੀਤੀ ਹੈ ਉਸ ਤੋਂ ਬਾਅਦ ਵਿਆਹ ਦਾ ਪ੍ਰੋਗਰਾਮ ਬਣਿਆ ਅਤੇ ਇਹ ਕੋਈ ਗੇਮ ਹੋ ਸਕਦੀ ਹੈ ਵੀ ਇਹ ਚੀਜ਼ ਦਾ ਥੋੜ੍ਹਾ ਜਿਹਾ ਅਗਰ ਹੋਏ ਤਾਂ ਜ਼ਿਆਦਾ ਬੈਟਰ ਹੈ ਜੀ ਸੋ ਆਸਟ੍ਰੇਲੀਆ ਨੂੰ ਲੈ ਕੇ ਜਿਹੜੇ ਕੁਝ ਸਕਸੈਸ ਫੈਕਟਰ ਸੀ ਜਾਂ ਕੁਝ ਗੱਲਾਂ ਜਿਹੜੀਆਂ ਖਾਸ ਧਿਆਨ ਰੱਖਣ ਵਾਲੀਆਂ ਨੇ ਉਹਨਾਂ 'ਤੇ ਹੁਣ ਚਰਚਾ ਕੀਤੀ ਗਈ ਸੀ ਫਿਰ ਵੀ ਕੋਈ ਸਵਾਲ ਤੁਹਾਡੇ ਮਨ ਵਿੱਚ ਰਹਿ ਜਾਂਦਾ ਤੁਸੀਂ ਕਿਸੇ ਵੇਲੇ ਸਕਰੋਲ ਕੀਤੇ ਜਾ ਰਹੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ ਨੰਬਰ ਨਹੀਂ ਲੱਗਦਾ ਮੈਸੇਜ ਵੀ ਛੱਡਿਆ ਜਾ ਸਕਦਾ ਪਰਸਨਲੀ ਵਿਜ਼ਿਟ ਕਰਕੇ ਤੁਸੀਂ ਮਨੀਸ਼ ਜੀ ਜਾਂ ਨਿਤਿਨ ਜੀ ਦੇ ਨਾਲ ਸਿੱਧਾ ਰਾਬਤਾ ਵੀ ਕਾਇਮ ਕਰ ਸਕਦੇ ਹੋ ਸੋ ਨਿਊਜ਼ੀਲੈਂਡ ਨੂੰ ਲੈ ਕੇ ਮਨੀਸ਼ ਜੀ ਪ੍ਰੋਸੀਜਰ ਨਿਊਜ਼ੀਲੈਂਡ ਦਾ ਕੀ ਪ੍ਰੋਸੀਜਰ ਹੈ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਦੇਖੋ ਇੱਕ ਸਿੰਪਲ ਲੈਂਗੁਏਜ ਆਪਾਂ ਗੱਲ ਕਰੀਏ ਵੀ ਬੱਚੇ ਦੀ ਲਾਈਕ ਘੱਟੋ ਘੱਟ ਜਿਹੜੀ ਐਜੂਕੇਸ਼ਨ ਹੈਗੀ ਅਗਰ ਬੱਚਾ ਡਿਪਲੋਮਾ ਕਰਨ ਜਾ ਰਿਹਾ ਅੱਗੇ ਠੀਕ ਹੈ ਬੱਚੇ ਦੀ ਘੱਟੋ ਘੱਟ ਕੁਆਲੀਫਿਕੇਸ਼ਨ 11ਵੀਂ ਹੋਣੀ ਚਾਹੀਦੀ ਹੈ 12ਵੀਂ ਨਹੀਂ ਕੀਤੀ ਕੋਈ ਪ੍ਰੋਬਲਮ ਵਾਲੀ ਬਾਤ ਨਹੀਂ ਕਾਫੀ ਕਾਲਜਿਸ ਹੈ ਜਿਹੜੇ +1 ਪਾਸ ਕੀਤੇ ਬੱਚਿਆਂ ਨੂੰ ਅੱਗੇ ਡਾਇਰੈਕਟ ਡਿਪਲੋਮਾ ਵਿੱਚ ਐਡਮਿਸ਼ਨ ਦਿੰਦੇ ਨੇ +1 ਬੱਚਾ +2 ਵਿੱਚ ਵੀ ਅਪਲਾਈ ਕਰ ਸਕਦਾ ਜਾਂ ਨਹੀਂ ਨਹੀਂ +2 ਦੀ ਗੱਲ ਨਹੀਂ ਹੈਗੀ +2 ਇੱਕ ਅਲੱਗ ਗੱਲ ਹੈ ਉਹ ਸਕੂਲਿੰਗ ਦਾ ਵੀਜ਼ਾ ਆ ਗਿਆ ਬਟ +1 ਵਾਲਾ ਬੱਚਾ ਅੱਗੇ ਅਗਰ ਉਹਨੇ +2 ਨਹੀਂ ਕੀਤੀ ਹੋਈ ਜਾਂ ਫੇਲ ਹੋ ਗਿਆ ਉਹ +1 ਵਾਲਾ ਬੱਚਾ ਅੱਗੇ ਡਿਪਲੋਮਾ 'ਚ ਡਾਇਰੈਕਟ ਅਪਲਾਈ ਕਰ ਸਕਦਾ ਹੈਗਾ ਵੀ ਉਹਨੂੰ ਲਾਈਕ +2 ਦੀ ਰਿਕੁਆਇਰਮੈਂਟ ਨਹੀਂ ਹੈਗੀ ਨਿਊਜ਼ੀਲੈਂਡ ਵਿੱਚ ਅਸੀਂ ਆਪ ਵੀਜ਼ੇ ਦਿੱਤੇ ਨੇ ਅਸੀਂ ਆਪ ਫਾਇਦਾ ਲਗਾਉਂਦੇ ਹਾਂ ਰੋਜ਼ ਹੀ ਲਗਾਉਂਦੇ ਹਾਂ ਵੀ ਕਈ ਬੱਚਾ ਹੁੰਦਾ ਵੀ ਕਈ ਵਾਰੀ ਹੋ ਸਕਦਾ ਵੀ 2014 'ਚ ਬੱਚੇ ਨੇ ਜੀ +2 ਜਿਹੜੀ ਹੈਗੀ ਹੈ ਪਾਸ ਐਡਮਿਸ਼ਨ ਦਿੱਤੀ ਪਾਸ ਨਹੀਂ ਕਰ ਪਾਇਆ ਫੇਲ ਹੋ ਗਿਆ ਅਗਰ ਐਸਾ ਬੱਚੇ ਨੇ +1 ਕੀਤੀ ਹੋਈ ਹੈ ਲੇਕਿਨ ਇਹ ਹੈ ਵੀ ਆਈਲੈਟਸ ਅਗਰ ਬੱਚੇ ਦਾ ਹੈਗਾ ਤਾਂ ਹੀ ਕੇਸ ਐਸਾ ਸਟਰੋਂਗ ਹੁੰਦਾ ਸਕਸੈਸਫੁਲ ਹੁੰਦਾ ਵੀ ਡਿਪਲੋਮਾ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਉਹ ਦੈਟ ਇਜ਼ 11ਵੀਂ ਪਾਸ ਹੋਣਾ ਚਾਹੀਦਾ 12ਵੀਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਪਹਿਲੀ ਗੱਲ ਜਿਹੜੀ ਇੰਪੋਰਟੈਂਟ ਹੈਗੀ ਹੈ ਦੂਸਰੀ ਗੱਲ ਇਹ ਹੈਗੀ ਵੀ ਅਗਰ ਬੱਚੇ ਨੇ ਜਿਵੇਂ ਕੁਆਲੀਫਿਕੇਸ਼ਨ 11ਵੀਂ ਹੈ ਜਾਂ 12ਵੀਂ ਹੈਗੀ ਆਪਾਂ ਦੋਨੋਂ ਚੀਜ਼ਾਂ ਨੂੰ ਕੰਸਿਡਰ ਕਰਕੇ ਚੱਲਦੇ ਹਾਂ ਵੀ ਐਸਾ ਬੱਚਾ ਅਗਰ ਐਡਮਿਸ਼ਨ ਅੱਗੇ ਲੈਣ ਵਾਸਤੇ ਬੱਚੇ ਨੂੰ ਸਿਰਫ ਉਹਦੇ 10th ਦਾ ਸਰਟੀਫਿਕੇਟ ਜਾਂ +1 ਜਾਂ +2 ਜੋ ਵੀ ਉਹਦੇ ਕੋਲ ਅਵੇਲੇਬਲ ਹੈਗੇ ਅਗਰ ਆਈਲੈਟਸ
ਅਗਰ ਪੰਜਾਬ ਬੋਰਡ ਅਗਰ ਦੇ ਵਿੱਚ ਬੱਚੇ ਨੇ ਪੜ੍ਹਾਈ ਕੀਤੀ ਹੈ ਤਾਂ ਫਿਰ ਲਾਈਕ ਮੈਂ ਜੋ ਪ੍ਰੈਫਰੈਂਸ ਰੱਖਦਾ ਵੀ 65% ਜਿਹੜੇ ਹੈਗੇ ਨੇ ਇੰਗਲਿਸ਼ 'ਚ ਪਲੱਸ ਟੂ 'ਚ ਨੰਬਰ ਪ੍ਰਸੈਂਟ ਹੋਣੇ ਚਾਹੀਦੇ ਨੇ। ਅਗਰ ਸੀ ਬੀ ਐੱਸ ਈ ਬੋਰਡ ਆਈ ਸੀ ਐੱਸ ਈ ਬੋਰਡ ਹੈਗਾ ਜਾਂ ਦਿੱਲੀ ਬੋਰਡ ਹੈਗਾ ਫਿਰ ਐਸੇ ਬੱਚੇ ਅਗਰ 60% ਮਾਰਕਸ ਇੰਗਲਿਸ਼ 'ਚ ਹੈਗੇ ਨੇ ਪਲੱਸ ਟੂ 'ਚ ਤਾਂ ਅਸੈਪਟੇਬਲ ਨੇ। ਅਗਰ ਪਲੱਸ ਵਨ ਵਾਲਾ ਬੱਚਾ ਹੈਗਾ 10th ਦੇ ਵਿੱਚ ਉਹਦੇ ਵਿੱਚ ਲਾਈਕ ਫਿਰ ਉਹ ਚੀਜ਼ ਨਹੀਂ ਚੱਲੇਗੀ, ਵਿਦਾਊਟ ਆਈਲੈਟਸ ਨਹੀਂ ਚੱਲੇਗੀ। ਐਸੇ ਬੱਚੇ ਨੂੰ 5.5 ਬੈਂਡ ਚਾਹੀਦੇ ਨੇ, 5 ਤੋਂ ਘੱਟ ਨਹੀਂ। ਅਤੇ ਬਾਕੀ ਜਿਹੜਾ ਲਾਈਕ ਤਾਜ਼ਾ ਜਿਹੜੀਆਂ ਖਬਰਾਂ ਹੈਗੀਆਂ ਉਹਦੇ ਅਕੋਰਡਿੰਗ ਦੀ ਵੀ ਵਿਦਾਊਟ ਆਈਲੈਟਸ ਵੀ ਜ਼ਿਆਦਾ ਦੇਰ ਨਹੀਂ ਚੱਲੇਗਾ, ਮੈਕਸੀਮਮ 2 ਜਾਂ 3 ਮਹੀਨੇ ਹੋਰ ਹੈਗੇ ਨੇ। ਅਤੇ ਜੋ ਵੀ ਬੱਚੇ ਵਿਦਾਊਟ ਆਈਲੈਟਸ ਅਪਲਾਈ ਕਰਨਾ ਚਾਹੁੰਦੇ ਆ ਕਿਸੇ ਬੈਂਡ 'ਚ ਕਿਸੇ 'ਚ ਘੱਟ ਰਹਿ ਗਏ ਤਾਂ ਐਸੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਅਪਲਾਈ ਕਰ ਦੇਣਾ ਚਾਹੀਦਾ ਜੀ। ਨਿਊਜ਼ੀਲੈਂਡ ਲਈ ਪੋਜ਼ਿਟਿਵ ਪ੍ਰੋਫਾਈਲ ਕਿਹੜੀਆਂ ਮੰਨਦੇ ਹੋ ਤੁਸੀਂ, ਜਿਨ੍ਹਾਂ ਲਈ ਸ਼ੋਰਟੀ ਹੈ ਕਿ ਵੀਜ਼ਾ ਜੇ? ਦੇਖੋ 2014 ਦੇ ਪਾਸ ਆਊਟ ਅਗਰ ਹੈਗੇ ਨੇ ਬੱਚੇ ਅਤੇ 5.5 ਬੈਂਡ ਹੈ, 5 ਤੋਂ ਘੱਟ ਨਹੀਂ, ਐਸੇ ਬੱਚਿਆਂ ਨੂੰ ਲਾਈਕ ਜ਼ਿਆਦਾਤਰ ਅਗਰ ਬੱਚੇ ਨੇ ਆਰਟਸ ਕੀਤੀ ਹੈ, ਕਾਮਰਸ ਕੀਤੀ ਹਨ, ਮੈਡੀਕਲ ਨੋਨ ਮੈਡੀਕਲ ਜੋ ਵੀ ਪੜ੍ਹਾਈ ਕੀਤੀ ਹੈ, ਅਗਰ ਤੁਸੀਂ ਕੋਰਸ ਰੈਜ਼ੀਡੈਂਸੀ ਨਹੀਂ ਵੀ ਮੰਨਦੇ, ਅਗਰ ਤੁਸੀਂ ਕੋਈ ਹੋਟਲ ਮੈਨੇਜਮੈਂਟ ਜਾਂ ਕੁੱਕਰੀ 'ਚ ਜਾ ਦਿੰਦੇ ਹੋ ਐਡਮਿਸ਼ਨ, ਲਾਈਕ ਕੋਈ ਡੇਅਰੀ ਫਾਰਮਿੰਗ 'ਚ ਜਾ ਦਿੰਦੇ ਹੋ, ਫਿਸ਼ਰੀਜ਼ 'ਚ ਜਾ ਦਿੰਦੇ ਹੋ, ਨਰਸਿੰਗ 'ਚ ਜਾ ਦਿੰਦੇ ਹੋ ਜਾਂ ਫਿਰ ਲਾਈਕ ਐਗਰੀਕਲਚਰ 'ਚ ਜਾ ਦਿੰਦੇ ਹੋ, ਵੀ ਕੋਈ ਅਗਰ ਕ੍ਰੋਸ ਵੀ ਕਰ ਦਿੰਦੇ ਹੋ ਤੁਸੀਂ ਨੋਨ ਮੈਡੀਕਲ ਤੋਂ ਮੈਡੀਕਲ ਵਾਲੇ ਪਾਸੇ ਹੋ ਜਾਂਦੇ ਹੋ, ਮੈਡੀਕਲ ਤੋਂ ਪਾਸੇ ਬਿਜ਼ਨਸ ਵਾਲੇ ਪਾਸੇ ਹੋ ਜਾਂਦੇ ਹੋ, ਐਸੇ ਵਿੱਚ ਜ਼ਿਆਦਾਤਰ ਪ੍ਰੋਬਲਮ ਨਹੀਂ ਆਉਂਦੀ ਹੈਗੀ। ਇੱਕ ਸਟੇਟਮੈਂਟ ਪਰਪਸ ਜਿਹੜਾ ਹੈਗਾ ਵੀ ਉਹਦੇ ਵਿੱਚ ਥੋੜ੍ਹਾ ਜਿਹਾ ਬੱਚੇ ਨੂੰ ਵੀ ਪ੍ਰੋਪਰਲੀ ਦੇਖਣਾ ਪੈਂਦਾ ਵੀ ਮੈਂ ਇਹ ਮੈਡੀਕਲ ਕਰਨ ਤੋਂ ਬਾਅਦ ਫੋਰ ਐਗਜ਼ਾਮਪਲ ਮੈਂ ਬਿਜ਼ਨਸ ਦਾ ਕੋਰਸ ਕਿਉਂ ਕਰ ਰਿਹਾ, ਵੀ ਕੀ ਉਹਦਾ ਲੌਜਿਕ ਹੈ। ਐਸੇ ਬੱਚੇ ਐਕਸਪੈਕਟ ਕਰ ਸਕਦੇ ਨੇ ਵੀ 100% ਉਹਨਾਂ ਨੂੰ ਆਲਮੋਸਟ 100% ਵੀਜ਼ਾ ਮਿਲ ਜਾਏਗਾ ਅਗਰ ਉਹਨਾਂ ਦੇ ਫਾਈਨੈਂਸ਼ੀਅਲ ਅਤੇ ਬਾਕੀ ਚੀਜ਼ਾਂ ਤੁਹਾਡੇ ਮੈਡੀਕਲ ਅਤੇ ਪੀ ਸੀ ਸੀ ਠੀਕ ਹੈ। ਅਤੇ ਬਾਕੀ 2013 ਵਾਲੇ ਜਿਹੜੇ ਬੱਚੇ ਹੈਗੇ ਨੇ ਉਹ ਰੈਜ਼ੀਡੈਂਸੀ ਨਾਲ ਥੋੜ੍ਹਾ ਜਿਹਾ ਰੈਜ਼ੀਡੈਂਸੀ ਅਗਰ ਪ੍ਰੋਪਰ ਨਾਲ ਅਪਲਾਈ ਕਰਨ ਅਤੇ ਬੈਂਡ ਅਗਰ ਹੈ ਜਿਵੇਂ 5.5 ਬੈਂਡ ਹੈਗੇ, 5 ਤੋਂ ਘੱਟ ਨਾ ਹੋਣ, ਮਾਰਕਸ ਅੱਛੇ ਹੋਣ, ਅਤੇ ਐਸੇ ਬੱਚਿਆਂ ਦੇ ਵੀ ਇੰਟਰਵਿਊ ਦੇ ਕੋਈ ਚਾਂਸਿਸ ਨਹੀਂ ਬਣਦੇ ਹੈਗੇ। ਬਟ ਫਿਰ ਉਹੀ ਗੱਲ ਆ ਕਿ ਵਿਦਾਊਟ ਆਈਲੈਟਸ ਬੱਚੇ ਹੈਗੇ ਜਾਂ ਫਿਰ ਕਿਸੇ 'ਚ ਬੈਂਡ ਘੱਟ ਰਹਿ ਗਏ, ਐਸੇ ਬੱਚਿਆਂ ਦੇ ਵਿੱਚ ਵੀ ਲਾਈਕ ਇੱਕ ਇੰਗਲਿਸ਼ ਟੈਸਟਿੰਗ ਦਾ ਜ਼ਰੂਰ ਇੱਕ ਜ਼ਰੂਰੀ ਹੋ ਜਾਂਦੀ ਹੈ ਐਮਬੈਸੀ ਵਾਸਤੇ ਕਰਨੀ, ਅਤੇ ਉਹਦੇ ਵਾਸਤੇ ਜ਼ਰੂਰ ਇੰਟਰਵਿਊ ਦਾ ਚਾਂਸ ਬਣਦੇ ਬਣਦੇ ਨੇ ਜੀ। ਸੋ ਇੰਗਲਿਸ਼ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਇੰਗਲਿਸ਼ ਨੂੰ ਡਰਨ ਦੀ ਜਾਂ ਇੱਕ ਹਵਾ ਸਮਝਣ ਦੀ ਕੋਈ ਜ਼ਰੂਰਤ ਨਹੀਂ। ਵਿਦਾਊਟ ਆਇਲਸ ਦਾ ਮਤਲਬ ਵਿਦਾਊਟ ਇੰਗਲਿਸ਼ ਨਹੀਂ ਹੈ, ਇੰਗਲਿਸ਼ ਦੀ ਜਾਣਕਾਰੀ ਹੋਣੀ ਬੇਹੱਦ ਜ਼ਰੂਰੀ ਹੈ। ਬਾਕੀ ਇੱਕ ਗੱਲ ਹੋਰ ਆ ਜਾਂਦੀ ਹੈ ਵੀ ਜਿਹੜੇ ਬੱਚੇ ਨੇ ਹੁਣ ਪਲੱਸ ਟੂ ਦੇ ਪੇਪਰ ਦਿੱਤੇ ਨੇ, ਰਿਜ਼ਲਟ ਵੇਟ ਕਰ ਰਹੇ ਨੇ, ਐਸੇ ਬੱਚੇ ਵੀ ਇੱਕ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਨੇ ਵੀ ਜਿਨ੍ਹਾਂ ਦੇ ਜਿਵੇਂ ਪਲੱਸ ਟੂ 2014 ਦੀ ਕੀਤੀ ਹੋਈ ਹੈ ਜਾਂ ਫਿਰ ਆਈਲੈਟਸ ਕਰ ਰਹੇ, ਰਿਪੀਟ ਕਰ ਰਹੇ, ਐਸੇ ਬੱਚੇ ਵੀ ਵਿਦਾਊਟ ਆਈਲੈਟਸ ਵੀ ਲਾਈਕ ਇੱਕ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਨੇ ਵੀ ਉਹ ਕਹਿ ਸਕਦੇ ਨੇ ਵੀ ਆਈਲੈਟਸ ਸਾਡਾ ਅਵੇਟਿਡ ਹੈ ਜਾਂ ਫਿਰ ਸਾਡਾ ਪਲੱਸ ਟੂ ਦਾ ਜਿਹੜਾ ਸਕੋਰ ਹੈ ਅਵੇਟਿਡ ਹੈ। ਐਸੇ ਬੱਚਿਆਂ ਦਾ ਫਾਇਦਾ ਇਸ ਚੀਜ਼ ਦਾ ਇਹ ਹੁੰਦਾ ਵੀ ਅਗਰ ਟਾਈਮ ਸਿਰ ਬੱਚਾ ਅਗਰ ਕੰਡੀਸ਼ਨਲ ਆਫਰ ਲੈਟਰ ਵੀ ਲੈ ਦਿੰਦਾ ਹੈ ਵੀ ਅਗਰ ਐਜੂਕੇਸ਼ਨ ਲੋਨ ਬੱਚੇ ਨੇ ਅਪਲਾਈ ਕਰਨਾ ਜਾਂ ਫਾਈਨੈਂਸਿਸ ਅਰੇਂਜ ਕਰਦੇ ਨੇ, ਵੀ ਜ਼ਿਆਦਾਤਰ ਬੱਚੇ ਜਿਹੜੇ ਕਰਦੇ ਨੇ ਵੀ ਆਫਰ ਲੈਟਰ ਆਉਣ ਤੋਂ ਬਾਅਦ ਫਾਈਨੈਂਸਿਸ ਅਰੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਕੰਸਲਟੈਂਟ ਨੂੰ ਕਹਿੰਦੇ ਨੇ ਵੀ ਜਾ ਕੇ ਵੀ ਕੰਸਲਟੈਂਟ ਪੁੱਛਦਾ ਵੀ ਲਾਈਕ ਇੰਨੇ ਤੁਹਾਡੇ ਫੰਡ ਚਾਹੀਦੇ ਨੇ, ਫਿਰ ਉਹ ਲੱਭਣ ਜਾਂਦੇ ਨੇ ਅਤੇ ਨਹੀਂ ਹੋ ਪਾਉਂਦੇ ਕਈ ਵਾਰੀ ਫੰਡਸ। ਬਟ ਇਹੀ ਬੱਚੇ ਅਗਰ ਪਲੈਨਿੰਗ ਸ਼ੁਰੂ ਤੋਂ ਕਰਦੇ ਨੇ, ਥੋੜ੍ਹਾ ਜਲਦੀ ਪਲੈਨਿੰਗ ਕਰਦੇ ਨੇ ਵੀ ਆਪਣੀ ਕੰਡੀਸ਼ਨਲ ਆਫਰ ਲੈਟਰ ਲੈ ਕੇ ਬੈਂਕ 'ਚ ਜਾਣ, ਇੰਟਰਵਿਊ ਲਾਈਕ ਸੋਰੀ ਐਜੂਕੇਸ਼ਨ ਲੋਨ ਅਪਲਾਈ ਕਰਨ ਜਾਂ ਫਿਰ ਪ੍ਰੋਪਰਟੀ ਦੇ ਅਗੇਂਸਟ ਕੋਈ ਲੋਨ ਅਪਲਾਈ ਕਰਦੇ ਨੇ ਜਾਂ ਫਿਰ ਕੋਈ ਹੋਰ ਜਿਵੇਂ ਅਗਰ ਕੋਈ ਜਾਣਕਾਰਾਂ ਕੋਲ ਕੋਈ ਰਿਸ਼ਤੇਦਾਰਾਂ ਕੋਲ ਫੰਡਸ ਹੈ ਉਹ ਇਕੱਠੇ ਕਰ ਦੇਣ ਤਾਂ ਕਿ ਜਿਹੜਾ ਟਾਈਮ ਉਹਦਾ ਉਹ ਚੀਜ਼ ਦਾ ਕਾਫੀ ਕੀਮਤੀ ਮੰਨਿਆ ਜਾਂਦਾ ਤੇ ਸਮੇਂ ਦੀ ਬਚਤ ਹੋ ਜਾਂਦੀ, ਨਾਲ ਹੀ ਕਾਫੀ ਸਾਰੀਆਂ ਹਰਾਸਮੈਂਟ ਤੋਂ ਵੀ ਬਚਿਆ ਜਾ ਸਕਦਾ। ਤੇ ਇਸ ਤੋਂ ਇਲਾਵਾ ਇਹ ਗੱਲ ਵੀ ਹੈ ਵੀ ਬੱਚਾ ਜਿਹੜਾ ਐਡਮਿਸ਼ਨ ਅਪਲਾਈ ਕਰ ਰਿਹਾ ਕੋਸ਼ਿਸ਼ ਕਰੇ ਵੀ ਲਾਈਕ ਪੂਰਾ ਆਪਦਾ ਅਗਰ ਫੋਰ ਐਗਜ਼ਾਮਪਲ ਕੁੱਕਰੀ 'ਚ ਅਪਲਾਈ ਕਰਨਾ ਵੀ 4-5 ਕਾਲਜਿਸ ਐਸੇ ਲੈ ਕੇ ਚੱਲੇ ਵੀ ਜਿਹਦੇ ਵਿੱਚ ਉਹਨੂੰ ਪਤਾ ਹੋਏ ਵੀ ਕਿਹੜੇ ਕਾਲਜ 'ਚ ਕੀ ਰੈਪੂਟੇਸ਼ਨ ਹੈ ਕੀ ਹੈ, ਅਤੇ ਬੈਸਟ ਬੈਸਟ ਕਾਲਜ ਚੂਜ਼ ਕਰੇ ਕਿਉਂਕਿ ਫੀਸਿਸ ਦਾ ਵੇਰੀਏਸ਼ਨ 5-10% ਤੋਂ ਵੱਧ ਨਹੀਂ ਹੁੰਦਾ ਹੈਗਾ। ਅਤੇ ਅਗਰ ਬੱਚੇ ਵੀ ਲਾਈਕ ਸਾਡੇ ਕੋਲ ਵੀ ਕਾਫੀ ਬੱਚੇ ਇਹੀ ਗੱਲ ਪੁੱਛਦੇ ਨੇ ਵੀ ਕਾਲਜਿਸ ਤਾਂ ਸਾਨੂੰ ਪਤਾ ਨਹੀਂ ਵੀ ਇਹ 5-7 ਮੇਨ ਮੇਨ ਕਾਲਜਿਸ ਹੈਗੇ ਨੇ ਜਿੱਥੇ ਲਾਈਕ ਕੁੱਕਰੀ ਲਗਾ ਦਿਓ ਜਾਂ ਫਿਰ ਬਿਜ਼ਨਸ ਮੈਨੇਜਮੈਂਟ ਜਾਂ ਆਈ ਟੀ ਲਾ ਦਿਓ, ਵੀ ਵਧੀਆ ਕਿਹੜਾ ਇਹਨਾਂ ਵਿੱਚੋਂ, ਮੈਨੂੰ ਕਿਵੇਂ ਪਤਾ ਲੱਗੇਗਾ ਵਧੀਆ ਵਧੀਆ ਦਾ? ਸਿੰਪਲ ਜੀ ਗੱਲ ਇਹ ਆ ਜਾਂਦੀ ਵੀ ਪਬਲਿਕ ਫੰਡਡ ਹੈਗਾ, ਇਹ ਚੀਜ਼ ਆ ਜਾਂਦੀ ਹੈ। ਦੂਜੀ ਗੱਲ ਹੈ ਵੀ ਜਿੰਨੇ ਉੱਥੇ ਲੋਕਲ ਬੱਚਾ ਪੜ੍ਹ ਰਿਹਾ ਉਹਨਾਂ ਵਧੀਆ ਕਾਲਜ ਮੰਨਿਆ ਜਾਂਦਾ, ਜਿੰਨਾ ਇੰਟਰਨੈਸ਼ਨਲ ਜ਼ਿਆਦਾ ਬੱਚਾ ਪੜ੍ਹ ਰਿਹਾ ਉਹਦੇ ਥੋੜ੍ਹੀ ਜਿਹੀ ਵੀ ਬੱਚੇ ਨੂੰ ਥੋੜ੍ਹੀ ਜਿਹੀ ਐਕਸਪੀਰੀਅੰਸ ਦਾ ਫਰਕ ਪੈ ਜਾਂਦਾ ਬੱਚੇ ਦੇ। ਗੈਪ ਨਿਊਜ਼ੀਲੈਂਡ ਦੇ ਲਈ ਕਿੰਨਾ ਐਕਸੈਪਟੇਬਲ ਹੈ, ਕਿਸ ਤਰ੍ਹਾਂ ਦਾ ਗੈਪ ਜੋ ਕਿ ਐਕਸੈਪਟ ਕੀਤਾ ਜਾਂਦਾ? ਬਿਲਕੁਲ, ਅਗਰ ਜਿਵੇਂ ਗ੍ਰੈਜੂਏਸ਼ਨ ਕੀਤੀ ਹੈ ਬੱਚੇ ਦਾ, ਅਗਰ ਗੈਪ ਅਗਰ 10 ਸਾਲ ਦਾ ਵੀ ਹੈਗਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਵੀ ਸ਼ਰਤ ਉਹਦੀ ਇਹ ਹੈਗੀ ਹੈ ਵੀ ਬੱਚੇ ਦਾ ਵਰਕ ਐਕਸਪੀਰੀਅੰਸ ਜੈਨੂਇਨ ਹੋਵੇ ਅਤੇ ਰੈਲੇਵੈਂਸੀ ਹੋਏ ਤਾਂ ਬਹੁਤ ਅੱਛੀ ਗੱਲ ਹੈ। ਹੁਣ ਫੋਰ ਐਗਜ਼ਾਮਪਲ ਵੀ ਜਿਵੇਂ ਬੱਚੇ ਨੇ ਬੀ ਏ ਕੀਤੀ ਹੈ 2000 ਜਿਵੇਂ ਫੋਰ ਐਗਜ਼ਾਮਪਲ 5 'ਚ ਕੀਤੀ ਹੈ ਜਾਂ 7 'ਚ ਕੀਤੀ ਹੈ, ਉਸ ਤੋਂ ਬਾਅਦ ਉਹਦਾ ਮਾਰਕੀਟਿੰਗ ਦਾ ਵਰਕ ਐਕਸਪੀਰੀਅੰਸ ਹੈਗਾ ਜਾਂ ਇੰਸ਼ੋਰੈਂਸ ਕੰਪਨੀ 'ਚ ਵਰਕ ਐਕਸਪੀਰੀਅੰਸ ਹੈਗਾ, ਹੁਣ ਐਸਾ ਬੱਚਾ ਅੱਗੇ ਜਾ ਕੇ ਕਹਿੰਦਾ ਮੈਂ ਪੀ ਜੀ ਡਿਪਲੋਮਾ ਮੈਨੇ ਮਾਰਕੀਟਿੰਗ ਦਾ ਕਰਨਾ, ਵੀ ਠੀਕ ਹੈ ਜੀ ਮੇਰਾ ਕੋਰਸ ਜਿਹੜਾ ਹੈਗਾ ਵੀ ਮੇਰਾ ਵੀ ਮੇਰੀ
ਹੈਗੇ ਇਹਨਾਂ ਦੇ ਬਾਕੀ ਗੱਲ ਹੈ ਵੀ 8-10 ਸਾਲ ਦਾ ਅਗਰ ਗੈਪ ਹੈ ਤਾਂ ਨੈਚੁਰਲੀ ਗੱਲ ਹੈ ਪ੍ਰਮੋਸ਼ਨ ਹੋਈਆਂ ਹੋਣੀਆਂ ਪ੍ਰਮੋਸ਼ਨ ਇਹ ਨਹੀਂ ਹੈਗਾ ਵੀ 10 ਸਾਲ ਤੁਸੀਂ ਇੱਕ ਮਾਰਕੀਟਿੰਗ ਐਗਜ਼ੀਕਿਊਟਿਵ ਹੀ ਕੰਮ ਕਰ ਰਹੇ ਹੋ ਕੋਈ ਵੀ ਕੰਮ ਕਰ ਰਹੇ ਜਾਂ ਕਿਸੇ ਵੀ ਤਰ੍ਹਾਂ ਦਾ ਘਰ ਦਾ ਅਗਰ ਕੰਮ ਵੀ ਕਰ ਰਿਹਾ ਬੱਚਾ ਤਾਂ ਆਪਣਾ ਗੈਪ ਜੋ ਕਿ ਜਸਟੀਫਾਈ ਕਰ ਸਕੇ ਅਗਰ ਜਸਟੀਫਾਈਡ ਗੈਪ ਹੈਗਾ ਤਾਂ 10 ਸਾਲ ਦੇ ਤੋਂ ਵੀ ਵੱਧ ਅਸੀਂ ਲਾਈਕ ਗੈਪ ਦੇ ਵਿੱਚ ਬੱਚਿਆਂ ਦਾ ਵੀਜ਼ਾ ਦਿੱਤਾ ਤੇ ਅਗਰ ਪਲੱਸ ਟੂ ਬੱਚੇ ਨੇ ਕੀਤੀ ਹੈ ਤਾਂ ਪ੍ਰੈਫਰੇਬਲੀ ਇਹ ਹੈ ਵੀ 2012 ਤੋਂ ਪਿੱਛਾ ਨਾ ਹੋਏ ਤਾਂ ਅਗਰ 2012 ਦਾ ਵੀ ਬੱਚਾ ਹੈ ਤਾਂ ਵਰਕ ਐਕਸਪੀਰੀਅੰਸ ਦਿਖਾ ਕੇ ਜੇ ਲਾਈਕ ਅਗਰ ਕੋਈ ਬੱਚੇ ਨੇ ਪੜ੍ਹਾਈ ਵਿੱਚ ਛੱਡੀ ਹੈ ਤਾਂ ਲਾਈਕ ਉਹ ਵੀ ਦਿਖਾਏ ਫਸਟ ਈਅਰ ਸੈਕਿੰਡ ਈਅਰ ਕਰਕੇ ਛੱਡਤਾ ਜਿਵੇਂ ਬੀ ਏ ਤੇ ਉਸ ਤੋਂ ਬਾਅਦ ਵੀ ਬੱਚਾ ਅਪਲਾਈ ਕਰ ਸਕਦਾ ਤੇ ਵੀ ਐਸੀ ਚੀਜ਼ਾਂ ਵੀ ਅਸੈਪਟੇਬਲ ਜੀ ਆਈਲਸ ਅਤੇ ਪੀਟੀ ਦੀ ਕੀ ਰਿਕੁਆਇਰਮੈਂਟ ਹੈ ਨਿਊਜ਼ੀਲੈਂਡ ਦੇ ਲਈ ਜਿਹੜੇ ਸਟੂਡੈਂਟ ਅਪਲਾਈ ਕਰਨਾ ਦੇਖੋ ਜਿਹੜੀ ਬੱਚੇ ਪਲੱਸ ਟੂ ਪਾਸ ਹੈਗੇ ਨੇ ਐਸੇ ਬੱਚਿਆਂ ਨੂੰ 5.5 ਬੈਂਡ ਚਾਹੀਦੇ 5 ਤੋਂ ਘੱਟ ਨਹੀਂ ਤੇ ਅਗਰ ਲਾਈਕ ਆਪਾਂ ਪੀਟੀ ਦੀ ਗੱਲ ਕਰੀਏ ਤੇ ਉਹਦੇ ਵਿੱਚ 42 ਅਗਰ ਨੰਬਰ ਹੈਗੇ ਨੇ ਤੇ ਲਾਈਕ ਦੈਟ ਇਜ਼ ਅਸੈਪਟੇਬਲ ਉਹੀ ਗ੍ਰੈਜੂਏਸ਼ਨ ਦੀ ਗੱਲ ਕਰੀਏ ਗ੍ਰੈਜੂਏਸ਼ਨ ਬੱਚੇ ਨੂੰ 7 ਲੈਵਲ 7 ਮਿਲੇਗਾ ਜਾਂ ਲੈਵਲ 8 ਮਿਲੇਗਾ ਜਾਂ ਲੈਵਲ 9 ਮਿਲ ਸਕਦਾ ਵੀ ਡਿਪੈਂਡ ਕਰਦਾ ਕੇਸ ਟੂ ਕੇਸ ਵੀ 6 ਬੈਂਡ ਦਾ ਚਾਹੀਦੇ ਹੀ ਚਾਹੀਦੇ ਨੇ ਬੱਚੇ ਦੇ 5.5 ਤੋਂ ਘੱਟ ਨਹੀਂ ਹੋਣੇ ਚਾਹੀਦੇ ਮੈਕਸਿਮਮ ਜਿਵੇਂ 7 ਬੈਂਡ ਵੀ ਹੋ ਸਕਦੇ ਨੇ ਕੋਰਸ ਟੂ ਕੋਰਸ ਡਿਪੈਂਡ ਕਰਦਾ ਬਟ ਅਗਰ ਬੱਚਾ ਲੈਵਲ 7 ਜੋ ਕਿ 3rd ਈਅਰ ਆਫ ਗ੍ਰੈਜੂਏਸ਼ਨ ਮੰਨਿਆ ਜਾਂਦਾ ਵੀ ਇੱਕ ਗ੍ਰੈਜੂਏਟ ਡਿਪਲੋਮਾ ਜਿਹਨੂੰ ਕਹਿੰਦੇ ਆਪਾਂ ਤੇ ਐਸੇ ਇਹਦੇ ਵਾਸਤੇ ਲਾਈਕ 6 ਬੈਂਡ ਦੀ ਰਿਕੁਆਇਰਮੈਂਟ ਰਹਿੰਦੀ ਹੈ ਅਗਰ ਪੋਸਟ ਗ੍ਰੈਜੂਏਟ ਡਿਪਲੋਮਾ ਕਰਨਾ 6.5 ਬੈਂਡ ਦੀ ਰਿਕੁਆਇਰਮੈਂਟ ਆ ਜਾਂਦੀ ਹੈ ਫਿਰ ਅਗਰ ਮਾਸਟਰਸ ਕਰਨੀ ਹੈ ਤਾਂ 7 ਬੈਂਡ ਦੀ ਰਿਕੁਆਇਰਮੈਂਟ ਆ ਜਾਂਦੀ ਹੈ ਵੀ ਬੈਂਡ ਬੱਚਾ ਉਸੇ ਹਿਸਾਬ ਨਾਲ ਬੱਚਾ ਕੋਰਸ ਦੇ ਵੀ ਜਿੰਨੇ ਬੱਚੇ ਦੇ ਆਈਲੈਟ ਦਾ ਸਕੋਰ ਹੈਗਾ ਤਾਂ ਕਿ ਬੱਚੇ ਨੂੰ ਅੱਗੇ ਪੜ੍ਹਨ 'ਚ ਦਿੱਕਤ ਨਾ ਆਏ ਕਿਉਂਕਿ ਦੇਖੋ ਵੀਜ਼ਾ ਲੱਗਣਾ ਤੇ ਪੜ੍ਹਨ 'ਚ ਦੋਨਾਂ 'ਚ ਫਰਕ ਹੈ ਵਿਦਆਊਟ ਆਈਲੈਟ ਵੀ ਬੱਚਾ ਅਪਲਾਈ ਕਰਕੇ ਵੀਜ਼ਾ ਜਾ ਸਕਦਾ ਬਟ ਜਦ ਐਕਚੁਅਲ ਪੜ੍ਹਨਾ ਪੈਂਦਾ ਬੱਚੇ ਨੂੰ ਤਾਂ ਫਿਰ ਲੈਵਲ ਅਗਰ ਬੱਚਾ ਜ਼ਿਆਦਾ ਲੈ ਕੇ ਚਲਾ ਜਾਂਦਾ ਅੱਗੇ ਬੱਚੇ ਨੂੰ ਦਿੱਕਤ ਆਉਂਦੀ ਹੈ ਪਲੱਸ ਬੱਚੇ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਵੀ ਅਗਰ ਇੰਟਰਨਸ਼ਿਪਸ ਕਾਲਜ ਪ੍ਰੋਵਾਈਡ ਕਰ ਰਹੇ ਨੇ ਪੇਡ ਇੰਟਰਨਸ਼ਿਪਸ ਹੈ ਜਾਂ ਅਨਪੇਡ ਹੈ ਐਸੇ ਬੱਚਿਆਂ ਨੂੰ ਜਦੋਂ ਜਿਵੇਂ ਜ਼ਿਆਦਾ ਵੀ 2 ਤੋਂ ਲੈ ਕੇ 4 ਮਹੀਨੇ ਦੀਆਂ ਕਾਫੀ ਕਾਲਜਿਸ ਜਿਹੜੇ ਨੇ ਇੰਟਰਨਸ਼ਿਪਸ ਪ੍ਰੋਵਾਈਡ ਕਰਦੇ ਨੇ ਸਕਾਲਰਸ਼ਿਪ ਪ੍ਰੋਵਾਈਡ ਕਰਦੇ ਨੇ ਅਗਰ ਉਹ ਮਿਲ ਰਹੀ ਹੈ ਬੱਚੇ ਨੂੰ ਤਾਂ ਜ਼ਰੂਰ ਲੈਣੀ ਚਾਹੀਦੀ ਹੈ ਉਹਦਾ ਫਾਇਦਾ ਬੱਚੇ ਨੂੰ ਇਹ ਵੀ ਵਰਕ ਐਕਸਪੀਰੀਅੰਸ ਬੱਚੇ ਦਾ ਜਿਹੜਾ ਬਣ ਜਾਂਦਾ ਹੈ ਤੇ ਉਹਦੇ ਵਾਸਤੇ ਕੱਲ੍ਹ ਨੂੰ ਅਗਰ ਜੋਬ ਲੈਣੀ ਹੈ ਉਹਦੇ ਵਿੱਚ ਬਹੁਤ ਬੱਚੇ ਨੂੰ ਹੈਲਪ ਮਿਲਦੀ ਹੈ ਵੀ ਜਦ ਕੱਲ੍ਹ ਨੂੰ ਪਰਮਨੈਂਟ ਰੈਜ਼ੀਡੈਂਸੀ ਦੀ ਅਪਲਾਈ ਕਰਨਾ ਹੈ ਤਾਂ ਜੋਬ ਆਫਰ ਚਾਹੀਦੀ ਹੈ ਅਗਰ ਇੰਟਰਨਸ਼ਿਪ ਹੋਏਗੀ ਤਾਂ ਉਹਨੂੰ ਜੋਬ ਆਫਰ ਬਹੁਤ ਆਰਾਮ ਨਾਲ ਮਿਲ ਜਾਣੇ ਕਿਉਂਕਿ ਬੱਚਾ ਜੋਬ ਰੈਡੀ ਹੋ ਜਾਂਦਾ ਤਦ ਤੱਕ ਬੱਚਾ ਜੀ ਸੋ ਇਹ ਸੀ ਵੀਜ਼ਾ ਅਪਲਾਈ ਕਰਨ ਜਾਂ ਵੀਜ਼ਾ ਆਉਣ ਤੱਕ ਦਾ ਪ੍ਰੋਸੀਜਰ ਉਸ ਤੋਂ ਬਾਅਦ ਜਦੋਂ ਸਟੂਡੈਂਟ ਪੜ੍ਹਨ ਦੇ ਲਈ ਜਾਂਦਾ ਉੱਥੇ ਜਾ ਕੇ ਵੀ ਕਾਫੀ ਸਾਰੀਆਂ ਮੁਸ਼ਕਿਲਾਂ ਜਾਂ ਦਿੱਕਤਾਂ ਦਾ ਸਟੂਡੈਂਟ ਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੱਕ ਬੇਗਾਨੇ ਮੁਲਕ ਦੇ ਵਿੱਚ ਇੱਕਦਮ ਜਾਣਾ ਕਈ ਵਾਰ ਮੁਸ਼ਕਿਲਾਂ ਆਉਂਦੀਆਂ ਨੇ ਸੋ ਉੱਥੇ ਜਾ ਕੇ ਸਟੱਡੀ ਵਰਲਡ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਜਾਂਦੀ ਸਟੂਡੈਂਟ ਦੇਖੋ ਮੇਨ ਬੱਚੇ ਨੂੰ ਜਿਹੜੀ ਦਿੱਕਤ ਆਉਂਦੀ ਹੈ ਵੀ ਇੱਕ ਤਾਂ ਰਹਿਣ ਦੀ ਦਿੱਕਤ ਆਉਂਦੀ ਹੈ ਵੀ ਸ਼ੁਰੂ 'ਚ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਹੈਗਾ ਜਾਂ ਫਿਰ ਬੱਚੇ ਨੂੰ ਦਿੱਕਤ ਆਉਂਦੀ ਹੈ ਵੀ ਏਅਰਪੋਰਟ 'ਤੇ ਕੋਈ ਲੈਣ ਆ ਜਾਏ ਜਾਂ ਲੈਣ ਨਹੀਂ ਆਇਆ ਜਾਂ ਕੁਝ ਐਸੀ ਗੱਲਾਂ ਹੁੰਦੀ ਹੈ ਵੀ ਸਾਡੀ ਹੁਣ ਇਹਦੇ ਵਿੱਚੋਂ ਸਾਡੀ ਕੰਪਨੀ ਤਰਫੋਂ ਜੋ ਸਾਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ ਵੀ ਅਸੀਂ ਬੱਚੇ ਨੂੰ ਏਅਰਪੋਰਟ ਪਿਕਅਪ ਸਾਡੀ ਤਰਫੋਂ ਲਾਈਕ ਦਿੱਤੀ ਜਾਂਦੀ ਹੈ ਵੀ ਅਗਰ ਕਾਲਜ ਦੇ ਨਾ ਦੇ ਸਾਨੂੰ ਕੋਈ ਉਹਦਾ ਮਤਲਬ ਨਹੀਂ ਹੈਗਾ ਅਸੀਂ ਖੁਦ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ ਅਸੀਂ ਬੱਚਿਆਂ ਨੂੰ 1 ਮਹੀਨੇ ਦੀ ਅਕੋਮੋਡੇਸ਼ਨ ਖੁਦ ਪ੍ਰੋਵਾਈਡ ਕਰਦੇ ਹਾਂ ਕਾਲਜ ਦੇ ਨਾ ਦੇ ਕਾਲਜ ਦੇ ਵਿੱਚ ਕੋਈ ਦੇਣਾ ਦੇਣਾ ਨਹੀਂ ਹੈਗਾ ਪਲੱਸ ਬੱਚਿਆਂ ਨੂੰ ਇੱਕ 1-way ਟਿਕਟ ਅਸੀਂ ਪ੍ਰੋਵਾਈਡ ਕਰਦੇ ਹਾਂ ਬੱਚਾ ਗਵਰਨਮੈਂਟ ਕਾਲਜ 'ਚ ਅਪਲਾਈ ਕਰੇ ਪ੍ਰਾਈਵੇਟ 'ਚ ਅਪਲਾਈ ਕਰੇ ਗਵਰਨਮੈਂਟ ਫੰਡਡ 'ਚ ਅਪਲਾਈ ਕਰੇ ਜਿਹੜਾ ਮਰਜ਼ੀ ਕੋਰਸ 'ਚ ਅਪਲਾਈ ਕਰੇ ਜਿਹੜੇ ਮਰਜ਼ੀ ਚੁਣੇ ਹੋਏ ਆਪਦੇ ਬੱਚਾ ਵੀ ਜਿਹੜੇ ਮਰਜ਼ੀ ਕੋਰਸ 'ਚ ਵਿੱਚ ਲੋਕੇਸ਼ਨ ਵਿੱਚ ਚੂਜ਼ ਕਰੇ ਬੱਚਾ ਵੀ ਇਸ ਕਾਲਜ 'ਚ ਜਾਣਾ ਹੈ ਯੂਨੀਵਰਸਿਟੀ 'ਚ ਜਾਣਾ ਅਸੀਂ ਪ੍ਰੋਵਾਈਡ ਕਰਾਂਗੇ ਬੱਚੇ ਨੂੰ 3 ਚੀਜ਼ਾਂ ਸਾਡੀ ਤਰਫੋਂ ਕੰਪਲੀਮੈਂਟਰੀ ਦਿੱਤੀ ਜਾਂਦੀ ਹੈ ਵੀ ਸਾਡੀ ਤਰਫੋਂ ਗਿਫਟ ਸਮਝ ਲਓ ਸਾਡੀ ਤਰਫੋਂ ਬੱਚੇ ਨੂੰ ਹੈਲਪ ਸਮਝ ਲਓ ਜਾਂ ਸਾਡੀ ਤਰਫੋਂ ਬੱਚੇ ਦੀਆਂ ਫੈਸਿਲਿਟੀ ਸਮਝ ਲਓ ਵੀ ਇਸ ਤਰੀਕੇ ਨੂੰ ਜਿਵੇਂ ਮਰਜ਼ੀ ਬੱਚਾ ਜਾ ਸਕਦਾ ਬਟ ਬੱਚੇ ਦੀ ਚੋਇਸ ਬੱਚੇ ਦੀ ਹੋਏਗੀ ਵੀ ਅਗਰ ਗਾਈਡੈਂਸ ਸਾਡੇ ਤੋਂ ਚਾਹੀਦੀ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ ਬਟ ਬੱਚਾ ਅਗਰ ਕਹਿੰਦਾ ਵੀ ਇਹ ਫਲਾਣੇ ਕਾਲਜ 'ਚ ਮੈਨੇ ਜਾਣਾ ਹੈ ਤਾਂ ਅਸੀਂ ਇਹ ਸਾਰੀ ਚੀਜ਼ਾਂ ਪ੍ਰੋਵਾਈਡ ਕਰ ਰਹੇ ਹਾਂ ਜੀ ਸੋ ਅਗਲਾ ਸਵਾਲ ਕੈਨੇਡਾ ਨੂੰ ਲੈ ਕੇ ਮੇਰਾ ਨਿਤਿਨ ਜੀ ਨੂੰ ਹੋਏਗਾ ਪਰ ਦੇਖਿਆ ਜਾਵੇ ਕੈਨੇਡਾ ਨੂੰ ਅਪਲਾਈ ਕਰਨ ਵਾਲੇ ਜਿਹੜੇ ਸਟੂਡੈਂਟ ਦੀ ਗਿਣਤੀ ਵੀ ਕਾਫੀ ਜ਼ਿਆਦਾ ਵੱਧ ਰਹੀ ਹੈ ਸੋ ਇਸੇ ਗਿਣਤੀ ਨੂੰ ਲੈ ਕੇ ਸਾਡੇ ਕੋਲ ਜੋ ਕੁਐਰੀਜ਼ ਨੇ ਉਹ ਵੀ ਜ਼ਿਆਦਾ ਵੱਧ ਰਹੀਆਂ ਨੇ ਕੈਨੇਡਾ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੇ ਸਵਾਲ ਜੋ ਕਿ ਸਟੂਡੈਂਟ ਵੱਲੋਂ ਪੁੱਛੇ ਜਾ ਰਹੇ ਨੇ ਸੋ ਨਿਤਿਨ ਜੀ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਆਇਲਸ ਦੀ ਕੀ ਰਿਕੁਆਇਰਮੈਂਟ ਹੈ ਕੈਨੇਡਾ ਦੇ ਲਈ ਜਿਹੜੀ ਆਇਲਸ ਦੀ ਰਿਕੁਆਇਰਮੈਂਟ ਹੈ ਉਹ 6 ਬੈਂਡਸ ਆ ਓਵਰਆਲ ਤੇ ਨਾਟ ਲੈਸ ਦੈਨ 5.5 ਇਨ ਐਨੀ ਮੋਡਲ ਲਿਸਨਿੰਗ ਰੀਡਿੰਗ ਰਾਈਟਿੰਗ ਤੇ ਸਪੀਕਿੰਗ 'ਚ ਤੇ ਜਿਹੜੇ ਬੱਚੇ ਪਲੱਸ ਟੂ ਹੋਲਡਰ ਹੈ ਉਹਨਾਂ ਵਾਸਤੇ ਸੇਮ ਰਿਕੁਆਇਰਮੈਂਟ ਡਿਪਲੋਮਾ ਵਾਸਤੇ ਵੀ ਜਿਹੜੇ ਬੱਚੇ ਗ੍ਰੈਜੂਏਟਸ ਨੇ ਉਹਨਾਂ ਵਾਸਤੇ ਨੈਕਸਟ ਲੈਵਲ ਆ ਜਾਂਦਾ ਹੈ ਜਿਵੇਂ ਆਪਾਂ ਲੈਵਲ 7 ਜਾਂ ਲੈਵਲ 8 ਆਪਾਂ ਕਹਿ ਦਿੰਦੇ ਹਾਂ ਨਿਊਜ਼ੀਲੈਂਡ 'ਚ ਸੇਮ ਜਸਟ ਲਾਈਕ ਦੈਟ ਤੇ 6.5 ਨੂੰ ਹੀ ਫੋਕਸ ਕਰਨ ਕੁਝ ਲਿਮਿਟਡ ਕੋਰਸਿਸ ਨੇ ਜਿਹੜੇ 6 ਬੈਂਡਸ ਤੇ ਵੀ ਐਕਸੈਪਟ ਕਰ ਰਹੇ ਨੇ ਗ੍ਰੈਜੂਏਟਸ ਨੂੰ ਰਾਈਟ ਤੇ ਉਹਦੀ ਡਿਊਰੇਸ਼ਨ ਰਹੇਗੀ 1.5 ਸਾਲ ਕਿਸੇ ਦੀ ਹੈਗੀ 1 ਸਾਲ ਦੀ ਜਿਹੜਾ ਪਲੱਸ ਟੂ ਹੋਲਡਰ ਹੈ ਡਿਪਲੋਮਾ ਹੋਲਡਰ ਹੈ ਉਹਦੀ ਜਿਹੜੀ ਅੱਗੇ ਡਿਊਰੇਸ਼ਨ ਹੈ ਕੋਰਸ ਦੀ ਦੈਟ ਵਿਲ ਬੀ 2 ਈਅਰਸ 2 ਸਾਲ ਦੀ ਮਿਨੀਮਮ ਰਹੇਗੀ ਉਸ ਤੋਂ ਬਾਅਦ ਅੱਗੇ ਬੱਚੇ ਨੂੰ 2 ਸਾਲਾਂ ਦਾ ਅੱਗੇ
उस चीज़ का ध्यान रखे कि मैं कोर्स कड़ा सिलेक्ट कर रहा है। जिवें प्लस टू नॉन मेडिकल बच्चा है तो वह जो कहना मैं बिजनेस के कोर्स जा रहा है, हाई कमीशन इस चीज़ को बहुत ज्यादा सीरियस लेकर चलती है। कोर्स रेलीवेंट होना बेहद कोर्स रेलीवेंट बहुत ज्यादा जरूरी है। प्लस टू मेडिकल वाला उस हिसाब से देखेगा तो क्योंकि ऑप्शन कमी नहीं हैगी एस पी पी दे या नॉन एस पी पी च भी। तो बच्चा जो कोर्स चूज करता है तो वह दिखाता अपनी एस ओ पी दे विच कि मैं यह कोर्स करने का की फायदा है तो मैं कैनेडा ही क्यों चूज करा पूरी कंट्रीज को छड़ के इंडिया च भी यह कोर्स अवेलेबल है तो मैं वापस आके की प्लैनस है मेरे। राइट, हाई कमीशन हर एक वीजा देना चाहती है, उन्होंने किसी को कोई परसनल प्रॉब्लम नहीं हैगी। जस्ट तुम एक दो चीज़ों का ध्यान रखना है तो उस तो बाद वीजा दूँ लेके देखने सच जी। फीस ते जे प्रोसीजर की गल की जाए फीस किन्नी कैनेडा जाने वाले स्टूडेंट जो कि एक जेनुइन फीस मान के चले ते प्रोसीजर की रहेगा? देखो जो कुछ कॉलेजेस हैं एस पी पी के अंडर भी है उन्होंने फीस सवा दो ढाई तो भी शुरू हो जाती है एक सैमेस्टर की फीस। तो ज़्यादातर जो कुछ कॉलेजेस है उन्होंने जी रेंज हैगी है लाइक पौने चार चार एक सैमेस्टर की फीस जी। जिम्मे चार सैमेस्टर ने प्लस टू तो बाद फॉर एग्जाम्पल तो हर सैमेस्टर की फीस मतलब कुछ कॉलेजेस की जिम्मे मैं कह रहा है सवा दो ढाई लाख भी हैगी है जो ज़्यादा अफोर्ड नहीं कर सकते फीस तो उन्होंने वास्ते एक कॉलेज अच्छा रहेगा। लेकिन यही नहीं असी मतलब देखना कि कोर्स कोई माड़ा चूज कर लिया चाहे फीस घट है, ओबियसली वो कोर्स भी देखा जाएगा जिसकी फीस रीजनेबल है तो बच्चा अफोर्ड कर सकता है। तो हर तरह के कॉलेज ने जिस फीस चार तो भी कई बार सवा चार भी हो जाती है तो हर एक की अपनी अपनी प्रेफरेंस है। हूँ कोई कहता कि मैं टोरोंटो जाना है, कोई कहता मैं वैंकूवर जाना है तो कोर्स भी वो रेलीवेंट ही देखेगा। तो जो उत्थे फीस नहीं आ रही घट फीस तो ओबियसली उन्होंने थोड़ी ज़्यादा फीस से भी जाना पेगा। बट कहने की गल यही है कि फीस नू ज़्यादा फोकस ना लेके चलो, तुसी फिलहाल फोकस यही करो कि मैं आईलैट्स का स्कोर लेना, एक वधिया स्कोर अचीव करना है ताकि मैनू एलिजिबिलिटी क्राइटेरिया मेरा फुलफिल हो सके ते अगे जाके मैं अप्लाई करा एडमिशन वास्ते अगे जो प्रोसेस है वीजा का वह फुलफिल करा ते ओबियसली वीजा कोई दिक्कत नहीं है। जी नितिन, फिर सवाल गैप नू लेके कैनेडा दे लई किस तरह का गैप एक्सैप्ट किया जाता है ते किन्ना गैप घट तो घट जिहड़ा या ज्यादा तो ज्यादा होना चाहिए? देखो जिहड़े गैप की गल आ जाती है जिवें 2013 का कोई बच्चा है प्लस टू उन्हें की है या डिप्लोमा भी किया है वह कह रहा है कि मैं 2014 च डिग्री च एडमिशन लीती सी तो किसी कारण करके मैं अगे कंटिन्यू नहीं करना कर पा रहा तो मैं कॉलेज नहीं जचया या कोर्स नहीं अच्छा लग्या, वो बच्चे भी अपलाई कर सकते हैं। कहती गल कि 2013, 14, 15 दो साल का एक्सैप्ट है तो यही नहीं है कि जस्ट असं वैसे कह रहे हैं जनवरी इनटेक वास्ते भी असं वीजा लेते हैं वो ठीक है। तो मे सैशन जो डिप्लोमा होल्डर से जिन्होंने लैट से बीटेक से एडमिशन लीती दो सैमेस्टर अपने पूरे कर ले, किसी ने तीन सैमेस्टर पूरे कर ले, उन्होंने भी सिक्स बैंड के नाल डिप्लोमा होल्डर से सिक्स बैंड के नाल अगे डेढ़ साल के गैप के नाल भी वीजा अप्लाई किया। जो स्टूडेंट ने एक या दो सैमेस्टर कर ले या एक साल की पढ़ाई कर ली उसनों अगे पढ़ाई में कोई फायदा मिलेगा या नहीं? डेफिनेटली मिलेगा। देखो बच्चा कह रहा है कि मैं बीटेक कॉलेज एडमिशन ले ली जी, मेरी बहुत ज्यादा कोशिश थी कि मैं एक वधिया एनवायरमेंट मिलेगा, एक अच्छा कॉलेज मिलेगा, प्रैक्टिकल मैं एक्सपोजर मिलेगा, तो मैं कुछ नहीं मिला। तो मैं अगले चार सैमेस्टर या पांच सैमेस्टर मैं वेस्ट करा इंडिया च, ज्यादा बैटर है कि मैं कैनेडा जो दो सैमेस्टर वधिया कर ला जिदी मैं प्रैक्टिकल नॉलेज भी मिलेगी तो इंटरनेशनल एक्सपोजर भी मिलेगा। तो साल डेढ़ साल का जिन्होंने लेट से बीटेक स्टार्ट की छड़न तो बाद भी वीजा च लैके कोई दिक्कत नहीं आई जी, नॉट एट ऑल। जी नितिन, स्टूडेंट जिहड़ा एक या दो साल की पढ़ाई की जिसने कैनेडा दे विच पढ़ाई पूरी करने तो बाद उहदे लई की स्कोप है ते पीआर दे लई उहदा की प्रोसीजर? जिन्हें भी स्टूडेंट्स हैगे जिन्हें दो साल का मिनिमम डिप्लोमा तो रहिंदा ही है राइट, तो दो सालों तो बाद बच्चे अगे जाके दो साल का तो लैके तीन साल का वर्क परमिट मिलता है उत्थे कैनेडा। यह गवर्नमेंट का अपना रूल है कि तुसी साडी कंट्री जाओ स्टडीज करो तो अगे जाके तुसी अपना वर्क परमिट वास्ते तुसी अप्लाई कर सकते हो। उस तो बाद गल यह तो गल रही चलो वर्क परमिट की कि तुसी उत्थे अपनी रेलेवेंट फील्ड से जॉब अपने अप्लाई करो तो कंपनी से अपने रिज्यूम भेजो, उस तो बाद तुसी उत्थे कोई लॉयर हायर कर सकते हो या तुसी अपना ऑनलाइन चेक करो cic.gc.ca की वैबसाइट से जाके जी। उत्थे जो पीआर का सिस्टम है तुसी वो अपने पॉइंट्स पूरे कैलकुलेट करने जिहड़े रीजन से तुसी अप्लाई करना है तो तुसी डायरेक्टली भी अप्लाई कर सकते हो, तो अदरवाइज उत्थे लॉयर्स हैगे तुसी उत्थे हायर कर सकते हो उन्होंने। तो प्रोस्पेक्ट्स बहुत ज्यादा बैटर ने जे तुसी फर्स्ट स्टेप ही वधिया लओगे इसी करके लास्ट स्टेप भी अच्छा चलेगा जी। जी इस तो बाद मैं मुनीश जी थोड़े वाल आवांगा। विदाउट आयल्स कंट्रियां जिहड़ी साइप्रस ते सिंगापुर नूं लैके भी स्टूडेंट काफ़ी ज़्यादा क्वेरीज कर रहे हैं ते स्टूडेंट जा भी रहे काफ़ी अप्लाई भी कर रहे हैं, सो तुसी की कहना चाहोगे इसलिए? देखो जिहड़े बच्चों का गैप ज़्यादा बन चुका है तीन तो चार साल का आईलैट्स दे विच नंबर नहीं आ रहे पांच बैंड ही रह जाते हैं, ऐसे बच्चे साइप्रस ते सिंगापुर वास्ते अप्लाई कर सकते हैं। साइप्रस ते सिंगापुर विच बेनीफिट यह है भी पढ़ाई अगर डेढ़ तो दो साल की अगर बच्चा अगे कर देता है अगे वो कैनेडा न्यूजीलैंड यूके ते लाइक यूएसए चार जगह ट्रांसफर कर सकता बच्चा। तो हुण जिहड़े बच्चे जिवें गैप जिन्हां दे ज़्यादा भी है 7-7 8-8 साल तक
ਦੇ ਗੈਪ ਹੈ ਇਹ ਵੀ ਅਸੈਪਟੇਬਲ ਨੇ ਜਿਵੇਂ ਲਾਈਕ ਸਿੰਗਾਪੁਰ ਦੀ ਆਪਾਂ ਗੱਲ ਕਰੀਏ ਤਾਂ ਅਤੇ ਸਾਈਪ੍ਰਸ 'ਚ 3 ਤੋਂ 4 ਸਾਲ ਦੇ ਅਸੈਪਟੇਬਲ ਨੇ ਬਾਕੀ ਇੱਕ ਚੀਜ਼ ਹੋਰ ਮੈਂ ਬੱਚਿਆਂ ਨੂੰ ਕਹਿਣਾ ਚਾਹੂੰਗਾ ਵੀ ਸਾਡੇ ਲਾਈਕ ਜੋ ਵੀ ਬ੍ਰਾਂਚਿਸ ਸਾਡੀਆਂ ਹੈਗੀਆਂ ਉਹਦੇ 'ਚ ਅਸੀਂ ਪੀਅਰਸਨ ਦੀ ਲਾਈਕ ਕੋਚਿੰਗ ਕਰਵਾ ਰਹੇ ਹਾਂ ਬੱਚਿਆਂ ਨੂੰ ਲਾਈਕ ਫ੍ਰੀ ਆਫ ਕੋਸਟ ਕਰਵਾ ਰਹੇ ਹਾਂ ਅਸੀਂ ਬੱਚਿਆਂ ਨੂੰ ਵੀ ਅਗਰ ਸਾਡੇ ਕੋਲ ਬੱਚਾ ਐਨਰੋਲ ਕਰ ਰਿਹਾ ਵੀ 5 ਬੈਂਡ ਹੈ ਕਾਫੀ ਸਟੂਡੈਂਟ ਵੱਲੋਂ ਸਵਾਲ ਵੀ ਪੁੱਛਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਇੰਗਲਿਸ਼ ਦੀ ਜਿਹੜੀ ਕੋਚਿੰਗ ਕਿੱਥੋਂ ਲਈ ਜਾਏ ਐਗਜੈਕਟਲੀ ਤੇ ਹੁਣ ਅਸੀਂ ਪੀਅਰਸਨ ਦੀ ਕੋਚਿੰਗ ਕਰਵਾ ਰਹੇ ਹਾਂ ਬੱਚਿਆਂ ਨੂੰ ਵੀ ਜਿਹੜੇ ਬੱਚਿਆਂ ਦੇ ਲਾਈਕ ਅਸੀਂ ਇਹ ਵੀ ਦੇਖਿਆ ਵੀ 5 ਬੈਂਡ ਅਗਰ ਐਜਟ ਆਏ ਸੀਗੇ ਵੀ ਉਹਨਾਂ ਦੇ ਪੀਅਰਸਨ ਦੇਣ ਤੋਂ ਬਾਅਦ ਯਾਨੀ ਕਿ 6 ਜਾਂ 5.5 ਬੈਂਡ ਆਰਾਮ ਨਾਲ ਬਣ ਜਾਂਦੇ ਨੇ ਵੀ ਹੁਣ ਬੱਚੇ ਅਸੀਂ ਕੀ ਕਰਦੇ ਵੀ ਬੱਚਾ ਸਾਡੇ ਕੋਲ ਅਪਲਾਈਡ ਹੁੰਦਾ ਅਸੀਂ ਐਡਮਿਸ਼ਨ ਅਪਲਾਈ ਕਰ ਰੱਖੀ ਹੁੰਦੀ ਹੈ ਨਾਲ ਦੀ ਨਾਲ ਅਸੀਂ ਪੀਅਰਸਨ ਦੀ ਬੱਚੇ ਦੀ ਕੋਚਿੰਗ ਕਰਵਾਉਂਦੇ ਰਹਿੰਦੇ ਹਾਂ ਉਹਦੇ ਨਾਲ ਕਿਆ ਹੁੰਦਾ ਵੀ ਬੱਚੇ ਦਾ ਪ੍ਰੈਸ਼ਰ ਨਹੀਂ ਹੁੰਦਾ ਹੈਗਾ ਇੰਗਲਿਸ਼ ਕਰਨ ਦਾ ਉਹਦੇ 'ਚ ਕੋਈ ਪ੍ਰੈਸ਼ਰ ਨਹੀਂ ਹੁੰਦਾ ਨਾਨ ਪ੍ਰੈਸ਼ਰ ਕੰਮ ਬੱਚਾ ਪੜ੍ਹਦਾ ਤੇ ਬੱਚਾ ਆਰਾਮ ਨਾਲ ਨੰਬਰ ਵਧੀਆ ਲੈ ਜਾਂਦਾ ਤੇ ਸਾਰੀ ਕੋਚਿੰਗ ਸਾਡੀ ਫ੍ਰੀ ਆਫ ਕੋਸਟ ਸਾਡੀ ਕੰਪਨੀ ਦੇ ਰਹੀ ਹੈ ਜਿਵੇਂ ਜੀ ਸੋ ਸਮਾਂ ਨਹੀਂ ਅਲਾਓ ਕਰਦਾ ਕਿ ਸ਼ੋਅ ਨੂੰ ਅੱਗੇ ਵਧਾਇਆ ਜਾ ਸਕੇ ਇੰਨੇ ਸਮੇਂ ਦੇ ਵਿੱਚ ਅਸੀਂ ਸਿਰਫ ਕੁਝ ਸਵਾਲਾਂ ਤੇ ਚਰਚਾ ਕਰ ਸਕੇ ਕਾਫੀ ਸਵਾਲ ਮੇਰੇ ਕੋਲ ਉੱਕਰੇ ਰਹਿ ਗਏ ਕਾਫੀ ਸਵਾਲ ਤੁਹਾਡੇ ਮਨ ਵਿੱਚ ਵੀ ਹੋਣਗੇ ਤੁਸੀਂ ਸਟੱਡੀ ਵਰਲਡ ਦੀ ਟੀਮ ਦੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹੋ ਸੋ ਧੰਨਵਾਦ ਤੁਹਾਡਾ ਮਨੀਸ਼ ਜੀ ਨਿਤਿਨ ਜੀ ਇਸ ਸਾਰੀ ਜਾਣਕਾਰੀ ਦੇ ਲਈ ਤੇ ਇਸ ਸ਼ੋਅ ਨੂੰ ਅੱਜ ਇੱਥੇ ਹੀ ਖਤਮ ਕਰਦੇ ਹਾਂ ਅਗਲੇ ਸ਼ੋਅ ਤੱਕ ਲਈ ਆਪਣੇ ਦੋਸਤ ਕੁਲਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ